ਪੀਜ਼ਾ ਆ ਉਹ ਤੁਸੀਂ ਖਰੀਦ ਸਕਦੇ ਹੋ ਉਹਨਾਂ ਦੀ ਵੈਬਸਾਈਟ 'ਤੇ, ਤੁਸੀਂ ਔਡਰ ਕਰ ਸਕਦੇ ਹੋ ਵੈਬਸਾਈਟ ਸ਼ਿਕਾਗੋ ਪੀਜ਼ਾ ਟਵਿਸਟ ਡੋਟ ਕੋਮ 'ਤੇ। 10% ਡਿਸਕਾਊਂਟ ਲੈਣ ਦੇ ਲਈ ਕੂਪਨ ਕੋਡ 1313131 ਉਸ ਦਾ ਇਸਤੇਮਾਲ ਕਰ ਸਕਦੇ ਹੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਸ਼ੁਰੂ ਕਰਦੇ ਹਾਂ, ਪਹਿਲੀ ਖਬਰ ਦੇ 'ਤੇ ਨਜ਼ਰ ਬਣਾਈ ਹੈ ਵੀ ਕਹਿੰਦੇ ਜੋਗੀ ਨੇ ਟੋਪੀ ਪਹਿਨਣ ਤੋਂ ਇਨਕਾਰ ਕੀਤਾ। ਦੇਖੋ, ਭਗਤ ਕਬੀਰ ਜੀ ਦੀ ਬਰਸੀ ਮਨਾ ਰਿਹਾ ਤਾਂ ਉਹਦੇ ਵਿੱਚ ਹੋਇਆ ਕੀ ਹੈ ਕਿ ਜਿਹੜੀ ਇਹ 500ਵੀਂ ਬਰਸੀ ਆ ਉਹਨਾਂ ਦੀ ਕਬੀਰ ਜੀ ਦੀ, ਇਹ ਸਭ ਕੁਛ ਹੈ ਜਿਹੜਾ ਉਸ ਸੰਤ ਕਬੀਰ ਨਗਰ ਹੈ ਜਿਹੜਾ ਉੱਥੇ ਹੋ ਰਿਹਾ। ਕੱਲ ਨੂੰ ਪ੍ਰਧਾਨ ਮੰਤਰੀ ਨੇ ਵੀ ਉੱਥੇ ਪਹੁੰਚਣਾ, ਮੋਦੀ ਸਾਹਿਬ ਵੀ ਪਹੁੰਚਦੇ ਪਏ ਆ, ਯਾਨੀ ਮਗਰ ਵੀ ਕਹਿ ਦਿੰਦੇ ਆ ਉਸ ਨਗਰ ਨੂੰ। ਤਾਂ ਉੱਥੇ ਇੱਕ ਜਿਹੜਾ ਸਮਾਗਮ ਰੱਖਿਆ ਗਿਆ ਬਹੁਤ ਵੱਡੇ ਪੱਧਰ ਤੇ, ਇਹਨਾਂ ਨੇ ਇੱਕ ਰੈਲੀ ਦਾ ਜਿਵੇਂ ਕਹਿ ਲਈਏ ਨਾ ਕਿ ਰੂਪ ਦਿੱਤਾ ਗਿਆ ਉਸ ਸਮਾਗਮ ਨੂੰ। ਤਾਂ ਇੱਥੋਂ ਸ਼ੁਰੂਆਤ ਸਮਝੀ ਜਾਂਦੀ ਹੈ ਕਿ 2019 ਵੀ ਇਹਨਾਂ ਨੇ ਕਰਨੀ ਆ। ਤਾਂ ਉਹ ਤੋਂ ਪਹਿਲਾਂ ਅੱਜ ਇਹ ਯੋਗੀ ਆਦਿਤਿਆਨਾਥ ਸੀਗਾ ਜਿਹੜਾ, ਉਹ ਸਾਰੇ ਪ੍ਰਬੰਧਾਂ ਨੂੰ ਵੇਹਦਾ ਫਿਰਦਾ ਸੀਗਾ ਤੇ ਇਹ ਤੋਂ ਇਲਾਵਾ ਫਿਰ ਉਹ ਮਜ਼ਾਰ ਤੇ ਚਲੇ ਗਿਆ, ਕਬੀਰ ਸਾਹਿਬ ਦੀ ਮਜ਼ਾਰ ਤੇ ਜਾ ਕੇ ਉਹਦੀ ਚਾਦਰ ਚੜਾਉਣੀ ਸੀ। ਤੇ ਇਸੇ ਦੌਰਾਨ ਜਦੋਂ ਮੁਤਵੱਲੀ ਨੇ ਉਹਨੂੰ ਸਮਾਨ ਦੇ ਵਜੋਂ ਇੱਕ ਟੋਪੀ ਭੇਂਟ ਕੀਤੀ ਸਿਰ ਤੇ ਪਹਿਨਾਉਣ ਲਈ, ਤਾਂ ਇਹਨੇ ਝਟਕ ਕੇ ਹੱਥ ਪਾਸੇ ਕਰ ਦਿੱਤਾ ਟੋਪੀ ਦੇ ਲਈ। ਹੁਣ ਪਹਿਲੀ ਗੱਲ ਤੇ ਇਹ ਆ ਕਿ ਜਿਹੜੇ ਉੱਥੇ ਮੌਲਵੀ ਜਾਂ ਜੋ ਵੀ ਉੱਥੇ ਮੁਤਵੱਲੀ ਸੀਗੇ ਉਹਨਾਂ ਨੂੰ ਵੀ ਥੋੜਾ ਜਿਹਾ ਸੋਚਣਾ ਚਾਹੀਦਾ ਇਸ ਮਾਮਲੇ ਦੇ ਵਿੱਚ ਕਿ ਇਸ ਤਰ੍ਹਾਂ ਮੰਦਿਰ ਦੇ ਵਿੱਚ ਉਸ ਹੋ ਜਾਣ ਤੇ ਕਿ ਇਸ ਤਰ੍ਹਾਂ ਰੌਦਰੀ ਤੇ ਜਿਹੜੀ ਉਹ ਕਰਵਾ ਲੈਣਗੇ। ਪਰ ਦੂਜੇ ਪਾਸੇ ਜੇ ਦੇਖੀਏ ਤੇ ਇਹ ਕੋਈ ਏਡੀ ਵੱਡੀ ਗੱਲ ਵੀ ਹੈ ਨੀਗੀ, ਕਰਵਾਇਆ ਵੀ ਜਾ ਸਕਦਾ ਜਦੋਂ ਕਿਸੇ ਧਾਰਮਿਕ ਸਥਾਨ ਤੇ ਚਲੇ ਵੀ ਗਏ ਤੇ ਜੇ ਉਹਦੇ ਮੁਤਾਬਕ ਜੇ ਉੱਥੋਂ ਦੀ ਰੋਹ ਰੀਤ ਨਿਭਾ ਲਈ ਜਾਵੇ ਤੇ ਉਹ ਇਹਨਾਂ ਦੇ ਮੁਤਾਬਕ ਜੇ ਚਲੇ ਜਾਂਦੇ ਕਿ ਅਸੀਂ ਸਾਰਿਆਂ ਦੇ ਸਾਂਝੇ ਆ ਤਾਂ ਫਿਰ ਰੋਹ ਰੀਤ ਵੀ ਸਾਰਿਆਂ ਦੇ ਸਾਂਝੇ ਵਜੋਂ ਮਨਾ ਲੈਣ ਕੇ ਸਗੋਂ ਮੇਰੇ ਖਿਆਲ ਦੇ ਨਾਲ ਇਤਫਾਕ ਵਧੂਗਾ, ਘਟਦਾ ਨਹੀਂ। ਪਰ ਇਹਨਾਂ ਨੇ ਠੀਕ ਉਹੀ ਕੰਮ ਕੀਤਾ ਜਿਹੜਾ ਅੱਜ ਤੋਂ ਮੇਰੇ ਖਿਆਲ ਦੇ ਨਾਲ 7 ਸਾਲ ਪਹਿਲਾਂ ਨਰਿੰਦਰ ਮੋਦੀ ਨੇ ਕੀਤਾ ਸੀ। ਤੁਹਾਨੂੰ ਯਾਦ ਹੋਣਾ ਕਿ ਉਦੋਂ ਵੀ ਇੱਕ ਸਾਂਝਾ ਪ੍ਰੋਗਰਾਮ ਸੀਗਾ, ਉਹ ਜਿਹਨੂੰ ਸਦਭਾਵਨਾ ਉਪਵਾਸ ਕਹਿ ਦਿੰਦੇ ਆ, ਤਾਂ ਉਦੋਂ ਵੀ ਇੱਕ ਮੁਸਲਿਮ ਮੌਲਾਨਾ ਨੇ ਉਹਨਾਂ ਨੂੰ ਟੋਪੀ ਦਿੱਤੀ ਸੀਗੀ, ਤਾਂ ਉਹਨਾਂ ਨੇ ਉਹ ਟੋਪੀ ਪਈ ਨਹੀਂ ਸੀਗੀ। ਉਹ ਵੀਡੀਓ ਫੁਟੇਜ ਬੜੀ ਚਰਚਾ ਦਾ ਵਿਸ਼ਾ ਬਣੀ ਸੀ ਪੂਰੇ ਭਾਰਤ ਦੇ ਵਿੱਚ। ਖੈਰ, ਇਹ ਅੱਜ ਵੀ ਚਰਚਾ ਦਾ ਵਿਸ਼ਾ ਬਣੀ ਰਹੀ ਕਿ ਟੋਪੀ ਯੋਗੀ ਆਦਿੱਤਿਆਨਾਥ ਨੇ ਨਹੀਂ ਪਹਿਨੀ। ਸੋ ਉਦਾਂ ਲੋਕ ਇਹ ਵੀ ਕਹਿੰਦੇ ਆ ਕਿ ਇਹ ਟੋਪੀਆਂ ਪਹਿਨਦੇ ਘੱਟ ਆ, ਟੋਪੀਆਂ ਪਹਿਨਾਉਂਦੇ ਜ਼ਿਆਦੇ ਆ। ਪਰ ਫਿਰ ਵੀ ਇਹ ਅੱਜ ਸਾਰਾ ਦਿਨ ਚਰਚਾ ਦਾ ਵਿਸ਼ਾ ਬਣੀ ਰਹੀ ਇਹ ਖ਼ਬਰ। ਹੁਣ ਕੱਲ ਨੂੰ ਨਰਿੰਦਰ ਮੋਦੀ ਉੱਥੇ ਪਹੁੰਚਦੇ ਪਏ ਆ, ਪਤਾ ਲੱਗੂਗਾ ਕਿ ਕੱਲ ਨੂੰ ਉਹ ਕਿੰਨੀਆਂ ਲੋਕਾਂ ਨੂੰ ਟੋਪੀਆਂ ਪਹਿਨਾਉਂਦੇ ਆ। ਜੀ ਜੀ, ਅਗਲੀ ਆਪਾਂ ਮਿੰਟੋ ਜੀ ਗੱਲ ਕਰਦੇ, ਕਹਿੰਦੇ ਨੀਰਵ ਮੋਦੀ ਨੇ ਦੱਸਿਆ ਵੀ ਕਿਉਂ ਨਹੀਂ ਆਉਂਦਾ ਉਹ ਭਾਰਤ। ਉਹਨੇ ਜਿਹੜੀ ਇੱਕ ਦੱਸੀ ਹੈ ਇਹ ਵਜ੍ਹਾ ਆਉਣ ਨਾ ਆਉਣ ਦੀ, ਉਹ ਵੀ ਆਪਣੇ ਆਪ ਦੇ ਵਿੱਚ ਮੇਰੇ ਖਿਆਲ ਦੇ ਨਾਲ ਭਾਰਤ ਨੂੰ ਸ਼ਰਮਿੰਦਾ ਕਰਨ ਵਾਲੀ ਆ। ਵੈਸੇ ਤੇ ਉਹ ਰਾਜ ਕੇ ਸ਼ਰਮਿੰਦਾ ਕਰ ਹੀ ਚੁੱਕਾ। ਹੁਣ ਉਹਨੇ ਜਿਹੜਾ ਕਾਰਨ ਦੱਸਿਆ ਉਹ ਕਹਿੰਦਾ ਕਿ ਦੇਖੋ ਮੈਂ ਭਾਰਤ ਦੇ ਵਿੱਚ ਤਾਂ ਨਹੀਂ ਆਉਂਦਾ ਭਰਾ, ਗੱਲ ਇਹ ਆ ਕਿ ਮੌਬ ਲਿੰਚਿੰਗ ਦਾ ਮਾਹੌਲ ਆ ਤੇ ਮੈਨੂੰ ਆਪਣੀ ਇੱਥੇ ਹੱਤਿਆ ਦਾ ਡਰ ਆ, ਮੈਨੂੰ ਤਾਂ ਕਤਲ ਕਰ ਦਿੱਤਾ ਜਾਊਗਾ। ਉਹ ਅਸਲ ਦੇ ਵਿੱਚ ਕਹਾਣੀ ਹੈ ਜਿਹੜੀ ਉਹ ਨੀਰਵ ਮੋਦੀ ਇਹ ਪਾਉਂਦਾ ਪਿਆ, ਉਹ ਕਹਿੰਦਾ ਦੇਖੋ ਅਸਲ ਦੇ ਵਿੱਚ ਕਾਰਨ ਇਹ ਆ ਕਿ ਮੇਰੇ ਬਹੁਤ ਸਾਰੇ ਜਿਹੜੇ ਕਾਮੇ ਸੀਗੇ, ਮਕਾਨ ਮਾਲਕ ਸੀ, ਬਕਾਇਆਦਾਰ ਸੀਗਾ, ਹੋਰ ਪਤਾ ਨੀ ਕਿੰਨੇ ਸੀਗੇ ਜਿਹਨਾਂ ਦੇ ਮੈਂ ਪੈਸੇ ਦੇਣੇ ਸੀ, ਖਾਤੇ ਹੋ ਗਏ ਸੀਜ, ਉਹ ਸਾਰੇ ਅੱਕੇ ਫਿਰਦੇ ਆ, ਉਹ ਸਾਰੇ ਤਪੇ ਫਿਰਦੇ ਆ, ਤੇ ਮੈਂ ਜਿਹਦੇ ਸੂਤ ਲੱਗ ਗਿਆ ਤੇ ਮੌਬ ਲਿੰਚਿੰਗ ਹੋ ਸਕਦੀ ਹੈ ਮੇਰੀ। ਸੋ ਇਸ ਕਰਕੇ ਮੈਂ ਇੰਡੀਆ ਦੇ ਵਿੱਚ ਆਉਣ ਤੋਂ ਥੋੜਾ ਜਿਹਾ ਪਰਹੇਜ਼ ਕਰਦਾ ਪਿਆ ਅੱਜ ਕੱਲ੍ਹ। ਦੂਜੀ ਗੱਲ ਉਹ ਕਹਿੰਦਾ ਕਹਿੰਦਾ ਦੇਖੋ ਜੇ ਕੈਦੀਆਂ ਦੇ ਵਿੱਚ ਪਾਓਗੇ ਗੱਲ ਤੇ ਉੱਥੇ ਵੀ ਉਹੋ ਜਿਹੀ ਦੀ ਉਹੋ ਜਿਹੀ ਆ ਕਿ ਮੈਨੂੰ ਉੱਥੋਂ ਵੀ ਖਤਰਾ ਪੈਦਾ ਹੋ ਜਾਣਾ। ਸੋ ਇਸ ਕਰਕੇ ਆਪਾਂ ਇੱਧਰ ਆਉਣ ਤੋਂ ਥੋੜਾ ਜਿਹਾ ਗੁਰੇਜ਼ ਕਰਦੇ ਹਾਂ ਕਿ ਚਲੋ ਠੀਕ ਹੈ ਜਿੱਥੇ ਬੈਠੇ ਹਾਂ ਸੋ ਬੈਠੇ ਹਾਂ। ਅਸਲ ਦੇ ਵਿੱਚ ਕਹਾਣੀ ਇਹ ਆ ਕਿ CBI ਨੇ ਇਹਦੇ ਖਿਲਾਫ਼ ਵਾਰੰਟ ਜਾਰੀ ਕਰਵਾਏ ਆ ਜੀ। ਤਾਂ CBI ਦੀ ਜਿਹੜੀ ਸਪੈਸ਼ਲ ਕੋਰਟ ਨੇ ਇਹਦੇ ਖਿਲਾਫ਼ ਗੈਰ ਜ਼ਮਾਨਤੀ ਵਾਰੰਟ ਕਰਵਾਏ ਆ, ਤਾਂ ਉਹ ਕਿਤੇ ਨਾ ਕਿਤੇ ਰੱਦ ਕਰਵਾਉਣ ਦੀ ਇਹਦੀ ਕੋਸ਼ਿਸ਼ ਆ। ਇਹਨੇ ਜਿਹੜੇ ਵਕੀਲ ਖੜੇ ਕੀਤੇ, ਜਿਹੜਾ ਉੱਥੇ ਜਾ ਕੇ ਲੌਜਿਕ ਦਿੱਤਾ ਉਹਨਾਂ ਨੇ, ਉਹ ਕਿਤੇ ਨਾ ਕਿਤੇ ਇਹੋ ਹੀ ਸੰਕੇਤ ਦਿੰਦਾ ਕਿ ਜਿਹੜੇ
ਉਹ ਵਾਰੰਟ ਜਾਰੀ ਹੋਏ ਆ ਸੀਬੀਆਈ ਦੀ ਸਪੈਸ਼ਲ ਕੋਰਟ ਦੇ ਵਿੱਚੋਂ, ਤਾਂ ਉਹ ਵਾਰੰਟ ਕਿਸੇ ਤਰੀਕੇ ਨਾਲ ਰੱਦ ਹੋ ਜਾਣ। ਵੈਸੇ ਪਾਸਪੋਰਟ ਤੇ ਜਿਹੜਾ ਉਹ ਇਹਦਾ ਰੱਦ ਹੋ ਗਿਆ। ਨੀਰਵ ਮੋਦੀ ਤੁਹਾਨੂੰ ਪਤਾ ਹੀ ਆ, ਪੀਐਨਬੀ ਵਾਲਾ ਜਿਹੜਾ ਘੁਟਾਲਾ ਹੋਇਆ ਸੀਗਾ ਉਹਦਾ ਮੁੱਖ ਮੁਲਜ਼ਮ ਹੈ ਮਾਮਾ ਭਾਣਜਾ ਜੋੜੀ ਸੀ, ਇੱਕ ਨੀਰਵ ਮੋਦੀ ਹੋਇਆ, ਇੱਕ ਇਹ ਹੋਇਆ ਮੇਹਲ ਚੌਕਸੀ, ਖੈਰ ਸੱਚ ਮੈਂ ਭੁੱਲ ਗਿਆ, ਮੇਹਲ ਚੌਕਸੀ ਇਹਦਾ ਮਾਮਾ ਜਿਹੜਾ ਕਹਿ ਰਿਹਾ ਕਿ ਮੌਬ ਲਿੰਚਿੰਗ ਹੋਏਗੀ। ਸੋ ਇੰਨੀ ਕੁ ਕਰੈਕਸ਼ਨ ਕਰ ਦੇਵਾਂ, ਨੀਰਵ ਮੋਦੀ ਨੀ ਮੇਹਲ ਚੌਕਸੀ ਕਹਿ ਰਿਹਾ। ਸੋ ਮੇਹਲ ਚੌਕਸੀ ਦਾ ਇਹ ਦਾਵਾ ਕਿ ਜੇ ਉਹ ਇੰਡੀਆ ਚ ਆਉਂਦਾ ਤਾਂ ਇਹ ਮੇਰੇ ਲਈ ਭੀੜ ਜਿਹੜੀ ਆ ਉਹ ਖਤਰਾ ਸਾਬਤ ਹੋ ਸਕਦੀ ਹੈ। ਸੋ ਨੀਰਵ ਮੋਦੀ ਤੇ ਇਹ ਮੇਹਲ ਚੌਕਸੀ ਹੈ ਜਿਹੜੇ ਮਾਮਾ ਭਾਣਜਾ ਤੋਂ ਨੇ ਆਪੋ ਵਿੱਚ ਦੀ, ਤਾਂ ਹੁਣ ਇਹਦੇ ਵਿੱਚ ਮਸਲਾ ਇਹੋ ਹੀ ਆ ਕਿ ਨੀਰਵ ਮੋਦੀ ਆਪਣੀ ਜਗ੍ਹਾ ਤੁਹਾਨੂੰ ਪਤਾ ਹੀ ਹੈ ਜਿਵੇਂ ਉਹ ਇਸ ਮੁਲਕ ਨੂੰ ਬੇਵਕੂ ਬਣਾ ਕੇ ਨਿਕਲਿਆ, ਤੇ ਹੁਣ ਉਹ ਜਿਸ ਤਰੀਕੇ ਦੇ ਨਾਲ ਇਹਨਾਂ ਦਾ ਮਜ਼ਾਕ ਜਿਹਾ ਬਣਾਈ ਫਿਰਦਾ ਤੇ ਕਦੇ ਕੋਈ ਪਾਸਪੋਰਟ ਉਹਦਾ ਰੱਦ ਕਰਦੇ ਆ, ਕਦੇ ਈਡੀ ਦੇ ਜ਼ਰੀਏ ਪੇਸ਼ਕਸ਼ ਕਰਦੇ ਆ ਕਿ ਆਹ ਕਰ ਦਿਓ ਜੀ ਉਹ ਕਰ ਦਿਓ, ਕਦੇ ਉਹਦੇ ਖਿਲਾਫ਼ ਰੈੱਡ ਕਾਰਨਰ ਨੋਟਿਸ ਕਢਵਾਉਣ ਜਾਂਦੇ ਆ, ਪਰ ਉਹ ਆਪਣੀਆਂ ਯਾਤਰਾਵਾਂ ਦਾ ਭਰਪੂਰ ਆਨੰਦ ਲੈਣ ਡਿਆ। ਸੋ ਇਹ ਜਿਹੜਾ ਮੇਹਲ ਚੌਕਸੀ ਆ ਉਹਦਾ ਸੱਕਾ ਮਾਮਾ ਇਹ ਨਾਲ ਕਹਿੰਦਾ ਕਿ ਦੇਖੋ ਨੀਰਵ ਮੋਦੀ ਦਾ ਮਾਮਲਾ ਅੱਡਿਆ, ਉਹਦੇ ਨਾਲ ਤੁਸੀਂ ਨਜਿੱਠੋ ਜੋ ਮਰਜ਼ੀ ਆ, ਮੇਰਾ ਕੇਸ ਹੀ ਅਲੱਗ ਆ ਇਹ ਕਹਿੰਦਾ। ਖੈਰ ਨੀਰਵ ਮੋਦੀ ਚਾਹੇ ਮੇਹਲ ਚੌਕਸੀ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਦੀ ਇਹ ਚੌਕਸੀ ਵਿਖਾ ਕੇ ਗਏ, ਪਰ ਮੇਰੇ ਖਿਆਲ ਦੇ ਨਾਲ ਇਹਨੂੰ ਡਰਨ ਦੀ ਜ਼ਰੂਰਤ ਨਹੀਂ ਗੀ, ਚੌਕਸੀ ਸਾਹਿਬ ਆ ਸਕਦੇ ਇੱਥੇ, ਕਿਉਂਕਿ ਜਿਹੜੀ ਮੌਬ ਲਿੰਚਿੰਗ ਹੈ ਨਾ ਉਹ ਘੱਟ ਗਿਣਤੀਆਂ ਦੀ ਆ, ਭੀੜ ਦਾ ਧਿਆਨ ਹੈ ਜਿਹੜਾ ਉਹਨਾਂ ਤੇ ਲੱਗਾ ਹੋਇਆ, ਇਹ ਰਾਮ ਦੇ ਨਾਲ ਮੋਦੀਆਂ ਮੰਦੀਆਂ ਜਿਹਨਾਂ ਦੇ ਮਗਰ ਮੋਦੀ ਨਾ ਲੱਗਦਾ, ਇਹਨਾਂ ਨੂੰ ਕਿਸੇ ਨੇ ਕੀ ਆਖਣਾ, ਕੋਈ ਗੱਲ ਨਹੀਂ ਹੈ ਆ ਜਾਣਾ ਚਾਹੀਦਾ, ਕੋਈ ਵੱਡੀ ਗੱਲ ਨਹੀਂ ਹੈ, ਥੋੜਾ ਦਿਨ ਜੇਲ੍ਹ ਦੇ ਵਿੱਚ ਰੱਖ ਕੇ ਖਿਦਮਤ ਕਰਕੇ ਹੋ ਸਕਦਾ ਫਿਰ ਮੌਕਾ ਦੇ ਦੇਣ ਕੇ ਕਾਰੋਬਾਰ ਕਰ ਲਓ ਆਪਣਾ। ਜੀ 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 ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ ਜੋਧਪੁਰ ਵਿੱਚ ਨਜ਼ਰਬੰਦ ਸਿੱਖਾਂ ਨੂੰ ਸਾਲਾਂ ਬਾਅਦ ਮਿਲਿਆ ਮੁਆਵਜ਼ਾ। ਦੇਖੋ ਇਸ ਮੁਆਵਜ਼ੇ ਦਾ ਕਾਫੀ ਲੰਮੇ ਸਮੇਂ ਤੋਂ ਰੇੜਕਾ ਪਿਆ ਹੋਇਆ ਸੀਗਾ, ਕਦੇ ਅਦਾਲਤ ਦੇ ਵਿੱਚ ਇਹ ਚੱਕਰ ਜਾਂਦਾ ਸੀਗਾ, ਕਦੇ ਫਿਰ ਅਦਾਲਤ ਤੋਂ ਬਾਹਰ ਰਾਜਨੀਤੀ ਦੇ ਚੱਕਰ ਚ ਜਾਂਦਾ ਸੀਗਾ, ਯਾਨੀ ਇਹ ਜਿਹੜਾ ਮੁਆਵਜ਼ੇ ਦਾ ਮਾਮਲਾ ਸੀਗਾ ਲਗਾਤਾਰ ਕਦੇ ਇੱਧਰ ਕਦੇ ਉੱਧਰ, ਹੁਣ ਇਹ ਅੰਤ ਨੂੰ ਇਸ ਪੜਾਅ ਤੇ ਪਹੁੰਚਿਆ ਵਾ ਕਿ ਪੰਜਾਬ ਸਰਕਾਰ ਨੇ ਅਜਾ ਆਪਣੇ ਹਿੱਸੇ ਦਾ ਮੁਆਵਜ਼ਾ ਇਹਨਾਂ ਨਜ਼ਰਬੰਦੀਆਂ ਨੂੰ ਵੰਡ ਦਿੱਤਾ। ਚੱਕਰ ਕੀ ਸੀਗਾ, ਵੈਸੇ ਤੇ ਆਪਾਂ ਦੱਸ ਚੁੱਕੇ ਹਾਂ ਅੱਗੇ ਵੀ ਕਿ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਦੋਂ ਬਹੁਤ ਸਾਰੇ ਬੇਦੋਸ਼ੇ ਬੰਦੇ ਨਿਰਦੋਸ਼ ਬੰਦੇ ਇਹਨਾਂ ਨੇ ਫੜ ਕੇ ਜੇਲ੍ਹਾਂ ਚ ਰੱਖ ਦਿੱਤੇ ਸੀਗੇ, ਉਹਨਾਂ ਦੇ ਵਿੱਚੋਂ ਸੈਂਕੜੇ ਬੰਦੇ ਸੀਗੇ ਜਿਹੜੇ ਲਗਭਗ 300-400 ਬੰਦਾ ਸੀਗਾ ਜਿਹੜਾ ਉਹ ਜੋਧਪੁਰ ਦੇ ਵਿੱਚ ਨਜ਼ਰਬੰਦ ਕੀਤਾ ਸੀਗਾ। ਔਰ ਦਿਲਚਸਪ ਗੱਲ ਆ ਕਿ ਜਿਹੜਾ ਪੱਟੀ ਦਾ ਵਿਧਾਇਕ ਹੈ ਹਰਮਿੰਦਰ ਗਿੱਲ ਕਿਸੇ ਸਮੇਂ ਉਹ ਵੀ ਉੱਥੇ ਨਜ਼ਰਬੰਦੀਆਂ ਦੇ ਵਿੱਚ ਇੱਕ ਸੀਗਾ, ਤਾਂ ਉਹ ਅੱਜ ਕਾਂਗਰਸ ਪਾਰਟੀ ਦਾ ਵਿਧਾਇਕ ਆ, ਇਹ ਦਿਲਚਸਪ ਗੱਲ ਆ। ਤਾਂ ਉਹ ਜਿਹੜੇ ਨਜ਼ਰਬੰਦੀ ਸੀਗੇ ਉਹ ਜਿਹੜੇ ਬੇਦੋਸ਼ੇ ਜੇਲ੍ਹ ਕੱਟ ਕੇ ਆਏ ਸੀਗੇ ਉਹਨਾਂ ਦੇ ਵਿੱਚੋਂ ਕੁਛ ਨੇ ਪਟੀਸ਼ਨ ਪਾਈ ਸੀਗੀ, ਪਹਿਲੇ ਪੜਾਅ ਤੇ ਉਹ ਪਟੀਸ਼ਨ ਖਾਰਜ ਹੋ ਗਈ ਸੀ, ਫਿਰ ਜਦੋਂ ਉਹਨਾਂ ਨੇ ਦੁਬਾਰਾ ਅਦਾਲਤ ਦੇ ਵਿੱਚ ਚਾਰਾਜੋਈ ਕੀਤੀ ਤਾਂ ਅਦਾਲਤ ਨੇ ਉਹ ਪਟੀਸ਼ਨ ਪ੍ਰਵਾਨ ਕਰ ਲਈ ਸੀ, ਉਹਨਾਂ ਨੇ ਇਹਨਾਂ ਨੂੰ 4-4 ਲੱਖ ਰੁਪਇਆ ਜਿਹੜਾ ਮੁਆਵਜ਼ਾ ਉਸ ਤਰੀਕ ਤੋਂ 6% ਵਿਆਜ ਦੇ ਹਿਸਾਬ ਨਾਲ ਦੇਣ ਦਾ ਹੁਕਮ ਸੁਣਾਇਆ ਸੀ ਜਿਸ ਤਰੀਕ ਤੋਂ ਇਹ ਪਟੀਸ਼ਨ ਪਾਈ ਸੀਗੀ। ਤਾਂ ਉਸ ਤੋਂ ਬਾਅਦ ਕਈ ਮਹੀਨੇ ਬੀਤ ਗਏ, ਫਿਰ ਕੇਂਦਰ ਨੇ ਚੱਕ ਕੇ ਮੁਆਵਜ਼ਾ ਦੇਣ ਦੀ ਥਾਂ ਤੇ ਇਹ ਕੰਮ ਕੀਤਾ ਕਿ ਉਸ ਫੈਸਲੇ ਦੇ ਉਲਟ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਿੱਚ ਪਟੀਸ਼ਨ ਪਾ ਦਿੱਤੀ। ਤਾਂ ਕੈਪਟਨ ਸਰਕਾਰ ਨੇ ਜਦੋਂ ਦੇਖਿਆ, ਗੌਰ ਫਰਮਾਇਆ ਕਿ ਮਾਜ਼ਰਾ ਜਿਹੜਾ ਉਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਪੰਥ ਦੇ ਨਾਲ ਜੁੜਿਆ ਮੁੱਦਾ, ਤਾਂ ਫਿਰ ਇਹਨਾਂ ਨੇ ਇਸ ਮੁੱਦੇ ਨੂੰ ਕੈਸ਼ ਕਰਨ ਦਾ ਮਨ ਬਣਾ ਲਿਆ। ਇਹਨਾਂ ਨੇ ਅਕਾਲੀ ਦਲ ਨੂੰ ਕਸੂਤਾ ਕਰਨ ਲਈ ਫਿਰ ਕਹਿ ਦਿੱਤਾ ਕਿ ਦੇਖੋ ਸਾਨੂੰ ਮੁਆਵਜ਼ੇ ਤੇ ਕੋਈ ਇਤਰਾਜ਼ ਨਹੀਂ ਹੈ, ਜਿਹੜਾ ਸਾਡਾ ਹਿੱਸਾ ਮੁਕਰਰ ਕੀਤਾ, ਕਿਉਂਕਿ ਕੋਰਟ ਨੇ ਆਖਿਆ ਸੀਗਾ ਕਿ ਜਿਹੜਾ 4 ਲੱਖ ਰੁਪਇਆ ਦੇਣਾ ਉਹ ਕੇਂਦਰ ਤੇ ਜਿਹੜੀ ਲੋਕਲ ਗੌਰਮੈਂਟ ਹੈ ਪੰਜਾਬ ਦੀ ਉਹ ਦੋਨੇ ਰਲ ਕੇ ਦੇਣਗੇ, ਯਾਨੀ ਇਹਨਾਂ ਦਾ ਸ਼ੇਅਰ ਹੈ ਜਿਹੜਾ ਅੱਧੋ ਅੱਧ ਹੋਊਗਾ। ਤਾਂ ਕੈਪਟਨ ਅਮਰਿੰਦਰ ਸਿੰਘ ਨੇ ਕਹਿਤਾ ਕਿ ਅਸੀਂ ਦਿੰਨੇ ਆ, ਅਸੀਂ ਕੋਈ ਅਪੀਲ ਨਹੀਂ ਪਾਵਾਂਗੇ ਗਾ ਇਸ ਹੁਕਮ ਦੇ ਖਿਲਾਫ, ਕੇਂਦਰ ਆਪਣਾ ਹਿੱਸਾ ਦੇਵੇ ਜਾਂ ਨਾ ਦੇਵੇ ਪਰ ਅਸੀਂ ਦੇਵਾਂਗੇ। ਸੋ ਇਹਨਾਂ ਨੇ ਅੱਜ ਸਮਾਗਮ ਰੱਖ ਕੇ ਤੇ ਨਾਲ ਦੀ ਨਾਲ ਇਹ ਮੁਆਵਜ਼ਾ ਜਿਹੜਾ ਵੰਡ ਦਿੱਤਾ। ਹੁਣ ਪਰਸੋਂ ਅਕਾਲੀਆਂ ਨੇ ਇੱਕ ਮਿਲਣੀ ਜੀ ਕੀਤੀ ਸੀਗੀ ਰਾਜਨਾਥ ਸਿੰਘ ਨਾਲ, ਫਿਰ ਇਸ ਤੋਂ ਬਾਅਦ ਬੀਬਾ ਹਰਸਿਮਰਤ ਕੌਰ ਬਾਦਲ ਨੇ ਇੱਕ ਟਵੀਟ ਵੀ ਕਰ ਦਿੱਤਾ ਸੀਗਾ। ਬੀਬਾ ਦਾ ਅੱਜ ਕੱਲ ਟਵੀਟ ਕਰਨ ਦਾ ਜਿਹੜਾ ਟ੍ਰੈਂਡ ਹੈ ਉਹ ਕਾਫੀ ਚਰਮ ਤੇ ਆ। ਬੀਬਾ ਜੀ ਕਹਿੰਦੇ ਕਿ ਰਾਜਨਾਥ ਸਿੰਘ ਨੇ ਕਾਫੀ ਤਤਪਰਤਾ ਦਿਖਾਈ ਹੈ, ਉਹਦੇ ਲਈ ਉਹਦਾ ਧੰਨਵਾਦ, ਯਾਨੀ ਕੀਤਾ ਕਰਾਇਆ ਕੱਖ ਨੀ
ਉਹ ਜਿਵੇਂ ਆਉਂਦੇ ਨੇ ਨਾ, ਖਾਧਾ ਪੀਤਾ ਕੱਖ ਨੀ, ਗਲਾਸ ਤੋੜਿਆ ਬਾਰਾਂ ਨੇ, ਤਾਂ ਉਹ ਕਹਿੰਦੇ ਜੀ ਉਹਨੇ ਕਾਫੀ ਤਤਪਰਤਾ ਦਿਖਾਈ ਆ, ਪਤਾ ਨੀ ਤਤਪਰਤਾ ਕਿੱਥੇ ਦਿਖਾਉਂਦਾ ਰਿਹਾ। ਤਾਂ ਇਹਨਾਂ ਨੇ ਜਦੋਂ ਇਹ ਟਵੀਟ ਦਾ ਮਾਮਲਾ ਵੇਖਿਆ ਕਿ ਇਹ ਤੇ ਹੁਣ ਕ੍ਰੈਡਿਟ ਲੈਣ ਜਾ ਰਹੇ ਅਕਾਲੀ, ਸੋ ਇਹਨਾਂ ਨੇ ਦਵਾਦਾ ਫਟਾਫਟ ਇਹ ਸਮਾਗਮ ਰੱਖ ਦਿੱਤਾ। ਇਹ ਸਮਾਗਮ ਰੱਖ ਕੇ ਇਹਨਾਂ ਨੇ ਅੱਜ ਜਿਹੜਾ ਆਪਣਾ ਬਣਦਾ ਸੀਗਾ ਹਿੱਸਾ, ਯਾਨੀ 2,25,00,000 ਰੁਪਈਆ, 2.25 ਕਰੋੜ ਰੁਪਈਆ ਜਿਹੜੀ ਬਣਦੀ ਸੀ ਰਕਮ, ਉਹ ਇਹਨਾਂ ਨੇ ਇਹਨਾਂ ਨਜ਼ਰਬੰਦੀਆਂ ਨੂੰ ਦੇ ਦਿੱਤੀ ਹੈ। ਵੈਸੇ ਕਮਾਲ ਦੀ ਗੱਲ ਆ ਕਿ ਜਦੋਂ ਮੰਚ ਤੇ ਸਾਰੇ ਸੁਸ਼ੋਭਿਤ ਸਨ ਤੇ ਜਿਹੜਾ ਬੰਦੀ ਸੀਗਾ ਜਸਵੀਰ ਸਿੰਘ ਘੁੰਮਣ, ਉਹਨੇ ਜਦੋਂ ਭਾਸ਼ਣ ਕੀਤਾ, ਉਹਨੇ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਤੇ ਕਿਹਾ ਜੀ ਮੰਚ ਤੇ ਜਿਹੜੇ ਸੁਸ਼ੋਭਿਤ ਆ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਦਾ ਬਹੁਤ ਧੰਨਵਾਦ। ਇੰਨੀ ਕਹਿਣ ਦੀ ਗੱਲ ਦੇਰ ਸੀਗੀ, ਉੱਥੇ ਹਾਸਾ ਛੱਡ ਗਿਆ ਤੇ ਫਿਰ ਉਹਨੂੰ ਪਤਾ ਲੱਗਿਆ ਕਿ ਮੈਂ ਕੁਛ ਗਲਤ ਬੋਲ ਗਿਆ। ਕਹਿੰਦਾ ਜੀ ਹੌਲੀ ਹੌਲੀ ਦਿਮਾਗ ਚ ਨਿਕਲੂਗਾ, ਬਾਦਲ ਸਾਹਿਬ ਦਾ ਨਾਂ ਹਾਲੇ ਦਿਮਾਗ ਦੇ ਵਿੱਚ ਹੈਗਾ। ਖੈਰ ਬਾਦਲ ਸਾਹਿਬ ਉੱਥੇ ਕ੍ਰੈਡਿਟ ਵੈਸੇ ਹੀ ਲੈ ਗਏ, ਹਾਲਾਂਕਿ ਉੱਥੇ ਹਾਜ਼ਰ ਕੋਈ ਨਹੀਂ ਸੀਗੀ। ਸੋ ਇਹ ਇਹਨਾਂ ਨੇ ਮੁਆਵਜ਼ਾ ਦੇ ਕੇ ਅਕਾਲੀ ਦਲ ਦੀ ਹਾਲਤ ਹੋਰ ਕਸੂਤੀ ਕਰ ਦਿੱਤੀ, ਕਿਉਂਕਿ GST ਦੇ ਮਾਮਲੇ ਚ ਤੁਹਾਨੂੰ ਪਤਾ ਹੀ ਆ ਕਿ ਅੱਗੇ ਵੀ ਸਟੇਟ ਨੇ ਆਪਣਾ ਹਿੱਸਾ ਛੱਡ ਕੇ ਇਹਨਾਂ ਨੂੰ ਕਸੂਤਾ ਫਸਾ ਦਿੱਤਾ ਸੀਗਾ। ਬਾਅਦ ਦੇ ਵਿੱਚ ਕੇਂਦਰ ਨੇ ਉੱਥੇ ਲਿਆ ਕੇ, ਜਿਵੇਂ ਕਈ ਸਕੀਮ ਲਿਆ ਕੇ ਕਹਿੰਦੇ, ਕਈ ਕਹਿੰਦੇ ਸਕੀਮ ਲਾ ਕੇ ਕੀਤਾ। ਸੋ ਉਹ ਫਿਰ GST ਵਾਲਾ ਮਾਮਲਾ ਜਿਹੜਾ ਉਹ ਅਕਾਲੀ ਦਲ ਦੀ ਉਲਟਾ ਬਣ ਗਿਆ ਸੀ, ਇਹਨਾਂ ਨੂੰ ਸਫਾਈਆਂ ਦੇਣੀਆਂ ਪਈਆਂ। ਇੱਥੋਂ ਤੱਕ SDPC ਨੂੰ ਉਸੇ ਤਰ੍ਹਾਂ ਇਸ਼ਤਿਹਾਰ ਜਾਰੀ ਕਰਵਾਉਣੇ ਪਏ ਅਖਬਾਰਾਂ ਚ, ਜਿੱਦਾਂ ਸਰਸੇ ਵਾਲੇ ਨੂੰ ਮਾਫੀ ਦੇ ਕੇ ਬਾਅਦ ਦੇ ਵਿੱਚ ਇਸ਼ਤਿਹਾਰ ਲਵਾਏ ਗਏ ਸੀਗੇ। ਸੋ GST ਮਾਮਲੇ ਦੇ ਵਿੱਚ ਕਸੂਤਾ ਕਰਨ ਤੋਂ ਬਾਅਦ, ਬਰਗਾੜੀ ਵਾਲੇ ਮਾਮਲੇ ਚ ਕਸੂਤਾ ਕਰਨ ਤੋਂ ਬਾਅਦ, ਹੁਣ ਇੱਕ ਦਫਾ ਫਿਰ ਅਕਾਲੀ ਦਲ ਦਾ ਸਟੈਂਡ, ਅਕਾਲੀ ਦਲ ਦੀ ਸਥਿਤੀ ਜਿਹੜੀ ਆ ਉਹ ਕਾਂਗਰਸੀਆਂ ਨੇ ਕਸੂਤੀ ਕਰ ਦਿੱਤੀ ਆ। ਹੁਣ ਇਸ ਮਾਮਲੇ ਤੇ ਇਹਨਾਂ ਤੇ ਦਬਾਅ ਰਹੂਗਾ ਕਿ ਉਹ ਕੇਂਦਰ ਦੇ ਕੋਲੋਂ ਉਹ ਜਿਹੜਾ ਹਿੱਸਾ ਬਣਦਾ ਬੰਦੀਆਂ ਦਾ ਮੁਆਵਜ਼ੇ ਵਾਲਾ ਉਹ ਲੈ ਕੇ ਦੇਣ। ਜੀ ਜੀ, ਅਗਲੀ ਮਿੰਟ ਜੀ ਆਪਾਂ ਗੱਲ ਕਰਦੇ, ਕੈਪਟਨ ਅਮਰਿੰਦਰ ਨੇ ਦਾਅਵਾ ਕੀਤਾ ਵੀ ਚਿੱਟਾ ਤੇ ਸਮੈਕ ਕਾਫੀ ਹੱਦ ਤੱਕ ਖਤਮ ਹੋ ਚੁੱਕੇ ਆ ਤੇ ਲੋਕ ਫਿਰ ਐਵੇਂ ਹੀ ਮਰੋ ਜਾਂ ਵਿਰੋਧ ਕਰੋ ਦੇ ਪਿੱਛੇ ਲੱਗੇ ਹੋਏ ਆ। ਦੇਖੋ ਕੈਪਟਨ ਅਮਰਿੰਦਰ ਸਿੰਘ ਬੋਲਿਆ, ਚਲੋ ਇੰਨਾ ਹੀ ਬਹੁਤ ਆ ਪੰਜਾਬ ਲਈ, ਨਹੀਂ ਤੇ ਇਹ ਤੇ ਬੋਲਦਾ ਹੀ ਨਹੀਂ ਸੀਗਾ। ਕੱਲ ਕੈਬਨਿਟ ਦੀ ਮੀਟਿੰਗ ਹੋਈ ਆ, ਉੱਥੇ ਕੋਈ ਇਹਨਾਂ ਨੇ ਚਰਚਾ ਹੀ ਨਹੀਂ ਕੀਤਾ। ਅੱਜ ਜਦੋਂ ਲੋਕਾਂ ਦੇ ਵਿੱਚ ਆਇਆ, ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਸਮਾਗਮ ਰੱਖਿਆ ਗਿਆ ਸੀਗਾ, ਤਾਂ ਇਸ ਸਮਾਗਮ ਦੇ ਵਿੱਚ ਜਦੋਂ ਆਇਆ ਕੈਪਟਨ ਅਮਰਿੰਦਰ ਸਿੰਘ, ਉਦੋਂ ਇਹ ਗੱਲ ਕਹਿੰਦਾ, ਕਹਿੰਦਾ ਦੇਖੋ ਜਿਹੜੀ ਸਪੈਸ਼ਲ ਟਾਸਕ ਫੋਰਸ ਬਣਾਈ ਸੀਗੀ, ਉਹਨਾਂ ਦੇ ਅਧਿਕਾਰੀਆਂ ਨੇ ਇਹ ਬਹੁਤ ਸੁਚੱਜੇ ਢੰਗ ਨਾਲ ਕੰਮ ਨੇਪਰੇ ਚਾੜਿਆ ਤੇ ਇਸ ਸਮੇਂ ਅਸੀਂ 10,000 ਨਸ਼ਾ ਵੇਚਣ ਵਾਲਾ ਤਸਕਰ ਹੈ ਜਿਹੜਾ ਫੜ ਕੇ ਤਾੜਿਆ ਹੋਇਆ, ਤੇ ਚਿੱਟਾ ਤੇ ਸਮੈਕ ਜਿਹੜਾ ਉਹ ਬਿਲਕੁਲ ਖਤਮ ਹੋ ਚੁੱਕਾ ਵਾ, ਤੇ ਹੁਣ ਤੇ ਆ ਜਿਹੜੇ ਨੌਜਵਾਨ ਮਰਦੇ ਪਏ ਆ ਟੀਕੇ ਤੇ ਗੋਲੀਆਂ ਨਾਲ, ਇਹ ਨਸ਼ਾ ਕਰਨਾ ਇਹਨਾਂ ਨੇ ਸ਼ੁਰੂ ਕਰ ਦਿੱਤਾ। ਸੋ ਇਹ ਹੁਣ ਤੁਹਾਡਾ ਤੇ ਆਪਣਾ ਸਾਰਿਆਂ ਦਾ ਕੰਮ ਹੈ ਸਾਂਝਾ ਕਿ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਇਆ ਜਾਵੇ। ਕੈਪਟਨ ਸਾਹਿਬ ਇਹ ਉੱਥੇ ਬੋਲੇ ਛੱਡ ਗਏ, ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕੈਪਟਨ ਅਮਰਿੰਦਰ ਸਿੰਘ ਜੀ ਕੀ ਕਹਿੰਦੇ। ਵੈਸੇ ਨਾ ਕਦੇ ਕਦੇ ਇਹ ਸ਼ੱਕ ਪੈਂਦਾ ਕਿ ਸੁਖਬੀਰ ਬਾਦਲ ਹੋਇਆ ਜਾਂ ਕੈਪਟਨ ਅਮਰਿੰਦਰ ਸਿੰਘ ਹੋਇਆ, ਇਹ ਭਾਸ਼ਣ ਕਿਸੇ ਮੇਰੇ ਖਿਆਲ ਦੇ ਨਾਲ ਇੱਕੋ ਸਕੂਲ ਚੋਂ ਹੀ ਸਿੱਖੇ ਆ ਜੀ। ਤੁਹਾਨੂੰ ਯਾਦ ਹੋਣਾ ਜਦੋਂ 2014 ਦਾ ਇਲੈਕਸ਼ਨ ਅਕਾਲੀ ਦਲ ਪੰਜਾਬ ਚੋਂ ਬੁਰੀ ਤਰ੍ਹਾਂ ਹਾਰ ਗਿਆ, ਤੇ ਹੋਇਆ ਕੀ ਸੀਗਾ ਕਿ ਇਹਨਾਂ ਨੇ ਫਿਰ ਨਸ਼ੇ ਦੇ ਮੁੱਦੇ ਤੇ ਬੜੀ ਸਖਤੀ ਕੀਤੀ ਸੀਗੀ, ਕਿਉਂਕਿ ਨਸ਼ੇ ਦਾ ਸੱਪ ਉਦੋਂ ਅਕਾਲੀਆਂ ਦੇ ਗਲ ਚ ਵੀ ਇਸੇ ਤਰ੍ਹਾਂ ਹੀ ਪੈ ਗਿਆ ਸੀ ਜਿੱਦਾਂ ਕਾਂਗਰਸੀਆਂ ਦੇ ਕਿਹਾ ਗਿਆ ਹੁਣ। ਤਾਂ ਉਦੋਂ ਸੁਖਬੀਰ ਸਿੰਘ ਬਾਦਲ ਆਪਣੇ ਭਾਸ਼ਣ ਦੇ ਵਿੱਚ ਸਭ ਤੋਂ ਜ਼ਿਆਦਾ ਜ਼ੋਰ ਇਹਨਾਂ ਅੰਕੜਿਆਂ ਤੇ ਲਾਉਂਦਾ ਹੁੰਦਾ ਸੀਗਾ ਕਿ ਅਸੀਂ ਫੜ ਕੇ 15,000 ਬੰਦਾ ਅੰਦਰ ਕਰ ਦਿੱਤਾ, ਤੇ ਲੋਕੀ ਕਹਿੰਦੇ ਸੀਗੇ ਜਿਹੜੇ ਤੁਸੀਂ ਆ ਤੁਰੇ ਜਾਂਦੇ ਚੁੱਕ ਲਏ, ਜਿਨ੍ਹਾਂ ਦੇ ਕੋਲ ਬੀੜੀਆਂ ਨਿਕਲ ਆਈਆਂ ਤੇ ਤਾਂ 5 ਗ੍ਰਾਮ ਪਾਊਡਰ ਪਾਤਾ, ਜਿਹੜਾ ਕੋਈ ਪੀਂਦਾ ਫੜਿਆ ਗਿਆ ਤਾਂ ਤੁਸੀਂ ਤਸਕਰ ਬਣਾ ਕੇ ਪਾਤਾ। ਉਹ ਤਾਂ ਠੀਕ ਆ ਕਿ ਫਿਗਰ ਤੁਸੀਂ ਬਣਾ ਲਿਆ, ਪਰ ਫਿਗਰ ਦੇ ਨਾਲ ਨਾਲ ਜਿਹੜਾ ਅਸਲ ਫਿਕਰ ਆ ਕਿ ਮਗਰਮੱਛ ਤੇ ਬਾਹਰ ਆ, ਤਾਂ ਉਹੀ ਚੱਕਰ ਇਹ ਆ। ਹੁਣ ਕੈਪਟਨ ਅਮਰਿੰਦਰ ਸਿੰਘ ਨੇ ਇਹ ਫਿਗਰ ਫੜ ਲਿਆ ਜੀ ਅਸੀਂ 10,000 ਬੰਦਾ ਜਿਹੜਾ ਉਹ ਅੰਦਰ ਤਾੜ ਦਿੱਤਾ ਜੀ, ਤਾਂ ਜਿਹੜੇ ਲੋਕ ਬਾਹਰ ਨਸ਼ਾ ਵੇਚਦੇ ਪਏ ਆ ਉਹ ਕੌਣ ਆ? ਸਮਝ ਤੋਂ ਪਰੇ ਦੀ ਗੱਲ ਹੈ ਕਿ ਜਿਹੜੀਆਂ ਮੌਤਾਂ ਹੁੰਦੀਆਂ ਕੀ ਇਹ ਜਾ ਕੇ ਸਾਧਾਂ ਤੇ ਡੇਰਿਆਂ ਤੋਂ ਲੈ ਕੇ ਆਉਂਦੇ ਜਿਹੜੇ ਮਰਦੇ ਪਏ ਲਾ ਲਾ ਕੇ ਟੀਕੇ? ਇਹ ਦੱਸਣਾ ਚਾਹੀਦਾ ਕੈਪਟਨ ਅਮਰਿੰਦਰ ਸਿੰਘ ਨੂੰ। ਵੈਸੇ ਨਾ ਮੈਂ ਤੁਹਾਡੇ ਹੀ ਜਾਣਕਾਰੀ ਲਈ ਇੱਕ ਦੱਸਾਂ ਕਿ ਅੱਜ ਇੱਕ ਹੋਰ ਬਿਆਨ ਲੱਗਾ, ਔਰ ਮੈਂ ਤੇ ਹਾਸ ਹੱਸ ਕੇ ਨਾ ਦੂਰਾ ਹੀ ਹੋ ਗਿਆ। ਜਿਹੜੀ ਨਿਊਜ਼ ਪੋਰਟਲ ਨੇ ਆ ਬਿਆਨ ਲਾਇਆ ਸੀ ਕੈਪਟਨ ਅਮਰਿੰਦਰ ਸਿੰਘ ਦਾ, ਉਸੇ ਨਿਊਜ਼ ਪੋਰਟਲ ਨੇ ਦੂਸਰੇ ਨੰਬਰ ਤੇ ਜਿਹੜੀ ਖਬਰ ਲਾਈ ਸੀ ਉਹਦੇ ਵਿੱਚ ਇੱਕ ਸਪੈਸ਼ਲ ਟਾਸਕ ਫੋਰਸ ਦੇ ਅਧਿਕਾਰੀ ਦਾ ਬਿਆਨ ਲਾਇਆ ਹੋਇਆ ਸੀ। ਤਾਂ ਉਹਦੇ ਵਿੱਚ ਉਹਨੇ ਕੀ ਲਿਖਿਆ
ਉਹ ਕਹਿੰਦੇ ਆ ਜੀ ਕਿ ਜਿਹੜਾ ਅਧਿਕਾਰੀ ਆ ਫਲਾਣਾ ਜਾਨੀ ਐਸ ਟੀ ਐਫ ਦਾ ਡੀ ਐਸ ਪੀ ਆ, ਉਹ ਕਹਿੰਦਾ ਕਿ ਇਸ ਸਮੇਂ ਜੋ ਹਾਲਾਤ ਬਣੇ ਪਏ ਆ ਪੰਜਾਬ ਦੇ, ਉਹ ਇੱਕ ਨਵੇਂ ਨਸ਼ੇ ਕਰਕੇ ਜਿਹਦਾ ਨਾਮ ਕੱਟ ਹੈ, ਤਾਂ ਉਹਦੇ ਕਰਕੇ ਹੋਏ ਆ। ਔਰ ਇਹ ਅਫਰੀਕਾ ਦੇ ਕੁਛ ਲੋਕ ਆ, ਕੁਛ ਸੌਦਾਗਰ ਆ ਜਿਹੜੇ ਦਿੱਲੀ ਤੋਂ ਭੇਜਦੇ ਪਏ ਆ। ਸੋ ਇਹ ਕਹਿੰਦੇ ਆ ਕਿ ਨਸ਼ਾ ਸ਼ੁੱਧ ਮਿਲਦਾ ਨਹੀਂ ਗਾ, ਤੇ ਇਹਦੇ ਵਿੱਚ ਹਰੇਕ ਪੱਧਰ ਤੇ ਮਿਲਾਵਟ ਕਰ ਦਿੱਤੀ ਜਾਂਦੀ ਆ, ਤੇ ਇਸ ਮਿਸ਼ਰਣ ਨੂੰ ਕਹਿੰਦੇ ਕਿ ਕੱਟ ਕਿਹਾ ਜਾਂਦਾ, ਕੱਟ। ਤਾਂ ਇਹ ਕੱਟ ਆ ਜਿਹੜਾ ਉਹ ਹੀ ਕੱਟ ਪਾਈ ਜਾਂਦਾ। ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਇਹਨਾਂ ਦਾ ਸਪੈਸ਼ਲ ਟਾਸਕ ਫੋਰਸ ਦਾ ਅਧਿਕਾਰੀ ਕੀ ਕਹਿਣ ਡਿਆ, ਤੇ ਕੈਪਟਨ ਅਮਰਿੰਦਰ ਸਿੰਘ ਜੋ ਕਹਿੰਦਾ ਪਿਆ, ਉਹਨਾਂ ਦੋਵਾਂ ਦੇ ਵਿੱਚ ਫਰਕ ਕਿੰਨਾ, ਅੰਤਰ ਕਿੰਨਾ? ਕੈਪਟਨ ਸਾਹਿਬ ਕਹਿੰਦੇ ਆ ਕਿ ਦੂਜੇ ਨਸ਼ੇ ਆਪਾਂ ਬੰਦ ਕਰ ਦਿੱਤੇ, ਟੀਕੇ ਤੇ ਗੋਲੀਆਂ ਰਹਿ ਗਈਆਂ, ਜਦਕਿ ਇਹਨਾਂ ਦਾ ਸਪੈਸ਼ਲ ਟਾਸਕ ਫੋਰਸ ਦਾ ਇੱਕ ਡੀਐਸਪੀ ਇਹ ਗੱਲ ਕਹਿੰਦਾ ਪਿਆ ਕਿ ਅਫਰੀਕੀ ਮੂਲ ਦੇ ਕੁਛ ਸੌਦਾਗਰ ਆ ਜਿਹੜੇ ਉਹ ਇੱਥੇ ਬੜਾ ਘਾਤਕ ਨਸ਼ਾ ਭੇਜਦੇ ਪਏ ਆ। ਸੋ ਇੱਥੋਂ ਸਥਿਤੀ ਸਾਫ਼ ਹੋ ਜਾਂਦੀ ਹੈ ਕਿ ਅਸਲ ਦੇ ਵਿੱਚ ਇਸ ਬਿਆਨ ਦੇ ਵਿੱਚ ਜਾਨ ਕਿੰਨੀ ਕੁ ਆ। ਜੀ, ਤੇ ਪਹਿਲਾਂ ਤਾਂ ਮਿੰਟੂ ਜੀ ਬਾਰਡਰੋਂ ਪਾਰ ਆਉਂਦਾ ਹੁੰਦਾ ਸੀ, ਹੁਣ ਅਫਰੀਕਾ ਤੋਂ ਕਿੱਦਾਂ ਫਿਰ ਕਿਸ਼ਤੀਆਂ ਥਾਣੀ ਆਉਂਦਾ? ਤੇ ਹੁਣ ਇਹੀ ਜਾਣਨ, ਇਹਨਾਂ ਨੇ ਸਾਰੀ ਸੁੱਟ ਹੈ ਜਿਹੜੀ ਉਹ ਅਫਰੀਕਨਸ ਤੇ ਸੁੱਟ ਦਿੱਤੀ। ਅਸਲ ਦੇ ਵਿੱਚ ਕੀ ਹੋਇਆ ਕਿ ਪੰਜਾਬ ਦੇ ਅੰਦਰ ਉਹਨਾਂ ਦੇ ਬੰਦੇ ਵਾਹਵਾ ਫੜੇ, ਔਰ ਇਹ ਪਹਿਲੀ ਦਫਾ ਨਹੀਂ ਹੋਇਆ, ਪਹਿਲੀ ਵਾਰੀ ਨਹੀਂ ਹੋਇਆ ਕਿ ਨੀਗਰੋ ਫੜੇ ਗਏ ਆ। ਇਹਨਾਂ ਨੇ ਕੁਛ ਜ਼ਿਆਦੀਆਂ ਗ੍ਰਿਫਤਾਰੀਆਂ ਕੀਤੀਆਂ ਥੋੜੇ ਦਿਨ ਪਹਿਲਾਂ ਤੱਕ। ਮੈਂ ਸਮਝਦਾ ਕਿ 5-7 ਇਹੋ ਜਿਹੇ ਕੇਸ ਸੀਗੇ ਜਿਹਨਾਂ ਦੇ ਵਿੱਚ ਹੈਵੀ ਰਿਕਵਰੀਆਂ ਹੋਈਆਂ। ਤਾਂ ਜਦੋਂ ਦੇਖਿਆ ਇਹਨਾਂ ਨੇ ਕਿ ਉਹ 5-7 ਬੰਦੇ ਫੜੇ ਗਏ ਆ, ਤਾਂ ਫਿਰ ਇਹਨਾਂ ਨੇ ਉਹਨਾਂ ਤੇ ਸਾਰੀ ਸੁੱਟ ਸੁੱਟ ਦਿੱਤੀ। ਪਰ ਅਸਲ ਦੇ ਵਿੱਚ ਇਹ ਕਹਾਣੀ ਜਿਹੜੀ ਆ ਉਹ ਤਾਂ ਹੀ ਸਾਫ਼ ਹੋ ਸਕਦੀ ਆ, ਰਾਜਕਰਨਵੀਰ ਸਿੰਘ ਜੀ, ਜਿਹੜੇ ਮੁੰਡੇ ਮਰਦੇ ਪਏ ਆ ਉਹਨਾਂ ਦੇ ਪ੍ਰੋਪਰ ਡਾਕਟਰੀ ਪੈਨਲ ਰਾਹੀਂ ਪੋਸਟਮਾਰਟਮ ਹੋਣ, ਪਤਾ ਲੱਗੇ ਕਿ ਉਹਨਾਂ ਦੇ ਸਰੀਰ ਦੇ ਵਿੱਚ ਕਿੰਨੀ ਮਿਕਦਾਰ ਦੇ ਵਿੱਚ ਕਿਹੜਾ ਕੈਮੀਕਲ ਗਿਆ, ਤਾਂ ਫਿਰ ਪਤਾ ਲੱਗੇ ਕਿ ਉਹ ਕਿੰਨਾ ਰਿਕਵਰ ਹੋਇਆ ਹੁਣ ਤੱਕ, ਤੇ ਕਿਹਦੇ ਕੋਲ ਕੋਲੋਂ ਰਿਕਵਰ ਹੋਇਆ। ਆਹ ਜਿਹੜੀਆਂ ਗੱਲਾਂ ਨੇ ਇਹ ਤਾਂ ਭੰਬਲ ਭੂਸਾ ਕ੍ਰੀਏਟ ਕੀਤਾ ਜਾਂਦਾ। ਸਿਆਸਤ ਜਿਹੜੀ ਆ ਉਹ ਹਮੇਸ਼ਾ ਭੰਬਲ ਭੂਸਾ ਕ੍ਰੀਏਟ ਕਰਦੀ ਹੈ, ਪੈਦਾ ਕਰਦੀ ਹੈ। ਪਰ ਇਸ ਭੰਬਲ ਭੂਸੇ ਦੇ ਵਿੱਚ ਜਿਹੜਾ ਸੱਚ ਆ, ਸੱਚ ਇਹੋ ਹੀ ਆ ਕਿ ਜਿਹੜੇ ਸ਼ਤੀਰਾਂ ਵਰਗੇ ਗੱਭਰੂ ਆ ਉਹ ਅੱਜ ਕੱਲ ਸੁੱਕੇ ਪੱਤਿਆਂ ਵਾਂਗੂ ਝੰਡੇ ਆ। ਉਹ ਕਿਉਂ ਝੰਡੇ ਆ ਇਹ ਕੈਪਟਨ ਅਮਰਿੰਦਰ ਸਿੰਘ ਨੂੰ ਸਾਫ਼ ਸਾਫ਼ ਦੱਸਣਾ ਚਾਹੀਦਾ, ਐਵੇਂ ਲੋਲੇ ਪੋਚੇ ਚ ਨਹੀਂ ਮਾਰਨੇ ਚਾਹੀਦੇ। ਜੀ ਜੀ, ਤੇ ਮਿੰਟੂ ਜੀ ਨਾਲ ਹੀ ਲੱਗਦੇ ਹੱਥ ਇਹ ਵੀ ਦੱਸ ਦਿਓ ਵੀ ਜਿਹੜੀ ਇਸ ਟਾਈਮ ਮੁਹਿੰਮ ਚੱਲ ਰਹੀ ਆ ਵੀ ਜਿਹੜਾ ਕਾਲਾ ਹਫ਼ਤਾ ਮਨਾਇਆ ਜਾਣਾ, ਮਰੋ ਜਾਂ ਵਿਰੋਧ ਕਰੋ ਕਰਕੇ, ਉਸ ਦੇ ਉੱਤੇ ਕੀ ਅਪਡੇਟਸ ਹੈਗੀਆਂ ਨੇ? ਅਪਡੇਟਸ ਉਹਦੇ ਤੇ ਇਹ ਆ ਕਿ ਮੇਰੇ ਖਿਆਲ ਦੇ ਨਾਲ ਕੱਲ ਨੂੰ ਇੱਕ ਪ੍ਰੈਸ ਕਾਨਫਰੰਸ ਹੋਣ ਜਾ ਰਹੀ ਹੈ ਚੰਡੀਗੜ੍ਹ ਦੇ ਵਿੱਚ, ਉਹ ਜਿਹਦੇ ਚ ਪਾਲੀ ਭੁਪਿੰਦਰ ਸਿੰਘ ਬੜੇ ਵੱਡੇ ਨਾਟਕਕਾਰ ਆ, ਇਸ ਤੋਂ ਇਲਾਵਾ ਬਲਤੇਜ ਪੰਨੂ ਜੀ ਜਿਹੜੇ ਆਪਣੀ ਟੀਮ ਦੇ ਮੈਂਬਰ ਆ, ਔਰ ਇਸ ਤੋਂ ਇਲਾਵਾ ਐਡਵੋਕੇਟ ਹਾਕਮ ਸਿੰਘ ਆ, ਹਰਿਆਣੇ ਤੋਂ ਆ ਵੈਸੇ ਬੇਸਿਕਲੀ ਪਰ ਮੂਲ ਤੌਰ ਤੇ ਪੰਜਾਬੀ ਆ, ਉਹ ਸਰਦਾਰਾ ਸਿੰਘ ਜੌਹਲ ਹਾਈ ਕੋਰਟ ਦੇ ਇੱਕ ਜੱਜ ਨੇ, ਉਹਨਾਂ ਨੇ ਵੀ ਸਪੋਰਟ ਕੀਤੀ ਹੋਈ। ਕਾਫੀ ਲੋਕ ਆ ਜਿਹੜੇ ਉੱਥੇ ਚੰਡੀਗੜ੍ਹ ਪਹੁੰਚਦੇ ਪਏ ਆ। ਉਹ ਤੋਂ ਬਾਅਦ ਉਹਨਾਂ ਨੇ ਰੋਸ ਮਾਰਚ ਕਰਨਾ ਇੱਕ ਨੀਲਮ ਥੀਏਟਰ ਦੇ ਸਾਹਮਣੇ, ਉਹ ਇਕੱਤਰ ਹੋ ਕੇ ਸ਼ਾਮੀ ਰੋਸ ਮਾਰਚ ਕਰਨਗੇ ਚੰਡੀਗੜ੍ਹ ਦੇ ਵਿੱਚ। ਹਾਲ ਪਾਰਿਆ ਕੀਤੀ ਜਾਊਗੀ ਕਿ ਸਾਡਾ ਪੰਜਾਬ ਲੁੱਟਿਆ ਪੁੱਟਿਆ ਜਾ ਰਿਹਾ, ਉਹਦੀ ਕੋਈ ਸਾਰ ਨਹੀਂ ਲੈਂਦਾ ਪਿਆ, ਕਿਰਪਾ ਕਰਕੇ ਹਾਕਮ ਜਾਗਣ। ਉਹ ਤੋਂ ਬਾਅਦ ਅਗਲਾ ਪ੍ਰੋਗਰਾਮ ਜਿਹੜਾ ਉਹ ਇਹਨਾਂ ਨੇ ਇਹੋ ਤੈਅ ਕੀਤਾ ਕਿ ਇੱਕ ਹਫ਼ਤਾ ਜਾਨੀ 1 ਜੁਲਾਈ ਤੋਂ 7 ਜੁਲਾਈ ਤੱਕ ਜਿਹੜਾ ਇੱਕ ਵੀਕ ਹੋਊਗਾ, ਉਹਦੇ ਵਿੱਚ ਵੱਖ ਵੱਖ ਥਾਵਾਂ ਤੇ ਵੱਖ ਵੱਖ ਲੋਕ ਹੈ ਜਿਹੜੇ ਉਹ ਚਿਨਾਤਮਕ ਵਿਰੋਧ ਕਰਨਗੇ। ਚਿਨਾਤਮਕ ਵਿਰੋਧ ਤੋਂ ਭਾਵ ਇਹ ਆ ਕਿ ਕੋਈ ਕਾਲਾ ਬੈਜ ਲਾਊਗਾ, ਕੋਈ ਕਾਲੀ ਪੱਗ ਬਣ ਸਕਦਾ, ਕੋਈ ਕਾਲੀ ਪੱਟੀ ਬਣ ਸਕਦਾ, ਕਿ ਇੱਕ ਵਿਰੋਧ ਇੱਕ ਰੋਸ ਜਿਤਾਇਆ ਜਾਊਗਾ ਨਸ਼ੇ ਦੇ ਵਿਰੁੱਧ। ਉਸ ਤੋਂ ਬਾਅਦ ਜੇਕਰ ਫਿਰ ਵੀ ਕੋਈ ਸੁਣਵਾਈ ਨਹੀਂ ਹੁੰਦੀ ਤਾਂ ਅਗਲਾ ਪ੍ਰੋਗਰਾਮ ਉਲੀਕਿਆ ਜਾਊਗਾ, ਕੁਛ ਵੀ ਹੋ ਸਕਦਾ, ਉਹ ਸਾਰਾ ਇਹ ਸੋਚਣਗੇ। ਪਰ ਇਸ ਮੁਹਿੰਮ ਨੇ ਇੱਕ ਵਾਰੀ ਬਹੁਤ ਵੱਡੇ ਪੱਧਰ ਤੇ ਹਲਚਲ ਪੈਦਾ ਕੀਤੀ ਹੋਈ ਆ, ਕੌਮੀ ਮੀਡੀਆ ਤੱਕ ਇਹ ਪਹੁੰਚੀ ਪਈ ਆ, ਇੱਥੋਂ ਤੱਕ ਮੇਰੇ ਖਿਆਲ ਦੇ ਨਾਲ ਤੁਹਾਡੇ ਅਮਰੀਕਾ ਦੇ ਵਿੱਚ ਵੀ ਇਹਦੀ ਸਪੋਰਟ ਹੋਣ ਡਈ ਆ। ਸੋ ਬਹੁਤ ਸਾਰੇ ਐਨਆਰਆਈਜ਼ ਜਿਹੜੇ ਆ ਉਹ ਵੀ ਇਸ ਮੁਹਿੰਮ ਦੇ ਨਾਲ ਜੁੜੇ ਆ। ਮੁਹਿੰਮ ਬਹੁਤ ਹੁਣ ਤੱਕ ਕਾਮਯਾਬ ਰਹੀ ਆ, ਕਿਉਂ? ਕਿਉਂਕਿ ਇਹਦੇ ਵਿੱਚ ਦੇਖੋ ਜਿਹੜੇ CPI ਵਾਲੇ ਕਾਮਰੇਡ ਉਹ ਵੀ ਖੁੱਲ੍ਹ ਕੇ ਕਹਿੰਦੇ ਪਏ ਕਿ ਠੀਕ ਆ ਅਸੀਂ ਇਹਨਾਂ ਦੇ ਨਾਲ ਆ। ਫਿਰ ਜਿਹੜੇ ਪੰਥਕ ਲੋਕ ਆ, ਪੱਤਰਕਾਰ ਸੁਰਿੰਦਰ ਸਿੰਘ ਵਰਗੇ ਲੋਕ ਆ, ਜਾਂ ਜਿਹੜੇ ਹੋਰ ਇਸ ਤਰ੍ਹਾਂ ਵਿਚਾਰਧਾਰਾ ਨਾਲ ਚੱਲਦੇ ਆ, ਤਾਂ ਉਹਨਾਂ ਲੋਕਾਂ ਨੇ ਵੀ ਖੁੱਲ੍ਹੇ ਰੂਪ ਚ ਸਮਰਥਨ ਕੀਤਾ ਹੋਇਆ। ਮਤਲਬ ਕਿ ਹਰੇਕ ਆਈਡੀਓਲੋਜੀ ਦਾ ਬੰਦਾ ਜਿਹੜਾ ਉਹ ਪੰਜਾਬ ਦੇ ਹੱਕ ਚ ਖੜਦਾ ਪਿਆ, ਜਿਹੜੀ ਕਿ ਇਸ ਮੁਹਿੰਮ ਦੀ ਮੇਰੇ ਖਿਆਲ ਦੇ ਨਾਲ ਮੁੱਢਲੇ ਤੌਰ ਤੇ ਬਹੁਤ ਵੱਡੀ ਪ੍ਰਾਪਤੀ ਆ ਕਿ ਹਰੇਕ ਵਿਚਾਰਧਾਰਾ ਦਾ, ਹਰੇਕ ਮਜ਼ਹਬ ਦਾ, ਹਰੇਕ ਵਰਗ ਦਾ ਬੰਦਾ ਜਿਹੜਾ ਉਹ ਨਸ਼ੇ ਤੋਂ ਤਪਿਆ ਸਤਿਆ ਪੰਜਾਬ ਦੇ ਹੱਕ ਦੇ ਵਿੱਚ ਖੜਦਾ ਪਿਆ। ਜੀ ਬਿਲਕੁਲ, ਅਫਸੋਸ ਆ ਵੀ ਜਿਹੜੇ ਪੋਲੀਟੀਸ਼ੀਅਨ ਆ
ਉਹਨਾਂ ਦੇ ਕੰਨ 'ਤੇ ਜਿਹੜੀ ਜੂਨ ਜਿਹੜੀ ਉਹ ਨਹੀਂ ਸਰਕ ਰਹੀ। ਪਰ ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੋਕ ਆ ਉਹ ਇੱਦਾਂ ਹੀ ਲਾਮਬੰਦ ਹੋਏ ਰਹਿਣ ਅਤੇ ਇਹ ਜਿਹੜਾ ਨਸ਼ੇ ਵਿਰੁੱਧ ਜਿਹੜੀਆਂ ਮੁਹਿੰਮਾਂ ਆ ਉਹ ਚੱਲਦੀਆਂ ਹੀ ਇੱਦਾਂ ਰਹਿਣ ਜਿੰਨੀ ਦੇਰ ਤੱਕ ਨਸ਼ੇ ਦਾ ਦੈਂਤ ਆ ਉਹ ਖਤਮ ਨਹੀਂ ਹੁੰਦਾ। ਅਗਲੀ ਆਪਾਂ ਖਬਰ ਦੇ ਉੱਤੇ ਨਜ਼ਰ ਬਣਾਉਂਦੇ ਹਾਂ ਮਿੰਟੂ ਜੀ, ਵੀ ਬੈਂਸ ਅਤੇ ਖਹਿਰੇ ਨੇ ਇੱਕ ਲੜਕੀ ਨੂੰ ਕਹਿੰਦੇ ਪੇਸ਼ ਕਰਕੇ ਕੀਤੀ ਪ੍ਰੈਸ ਕਾਨਫਰੰਸ। ਦੇਖੋ ਇਸ ਲੜਕੀ ਦੀ ਜਿਹੜੀ ਪ੍ਰੈਸ ਕਾਨਫਰੰਸ ਸੀਗੀ ਉਹਦੀ ਵੀਡੀਓ ਤੁਸੀਂ ਜ਼ਰੂਰ ਸੁਣਿਓ ਜੇ ਕਿਤੇ ਲੱਭ ਜਾਵੇ ਜੀ। ਮੇਰੇ ਖਿਆਲ ਦੇ ਨਾਲ ਜਗਬਾਣੀ ਵਾਲਿਆਂ ਨੇ ਡਿਜੀਟਲ ਵਰਸ਼ਨ ਤੇ ਪਾਈ ਹੋਈ ਆ ਜੀ, ਉਹ ਤੁਸੀਂ ਉਹਨਾਂ ਦੇ ਪੇਜ ਤੇ ਜਾ ਕੇ ਜ਼ਰੂਰ ਸੁਣਿਓ। ਤੁਹਾਨੂੰ ਇਹੋ ਜਿਹੀ ਤਲਕ ਹਕੀਕਤ ਰੂਬਰੂ ਹੁੰਦੀ ਨਜ਼ਰ ਆਊਗੀ ਕਿ ਤੁਹਾਡੀ ਰੂਹ ਕੰਬ ਜਾਊਗੀ ਕਿ ਪੰਜਾਬ ਦੇ ਵਿੱਚ ਚੱਲਦਾ ਕੀ ਪਿਆ। ਉਸ ਲੜਕੀ ਦੇ ਦੋਸ਼ ਜੇ ਸਹੀ ਆ ਤਾਂ ਮੈਂ ਸਮਝਦਾ ਕਿ ਇੱਥੇ ਕੱਖ ਵੀ ਸਹੀ ਨਹੀਂ ਹੈਗਾ। ਕਿਉਂਕਿ ਉਸ ਲੜਕੀ ਨੇ ਜਿਹੜੀ ਕਹਾਣੀ ਦੱਸੀ ਉਹ ਕਹਿੰਦੀ ਹੈ ਕਿ ਮੇਰੇ ਇੱਕ ਫਰੈਂਡ ਨੇ ਇੱਕ ਡੀਐਸਪੀ ਨੂੰ ਮਿਲਾਇਆ, ਫਿਰ ਉਸ ਡੀਐਸਪੀ ਨੇ ਆਪਣੀ ਰਿਹਾਇਸ਼ ਤੇ ਮੈਨੂੰ ਸੱਦਿਆ, ਫਿਰ ਉਸ ਬੰਦੇ ਨੇ ਨਾ ਸਿਰਫ ਮੈਨੂੰ ਨਸ਼ਾ ਪਿਲਾਇਆ ਪਹਿਲੀ ਵਾਰੀ, ਹੈਰੋਇਨ ਉਹਨੇ ਕਿਹਾ ਕਿ ਪਹਿਲੀ ਵਾਰੀ ਚਖਾਈ, ਬਲਕਿ ਉਹਨੇ ਉੱਤੇ ਲਿਜਾ ਕੇ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਵੀ ਕੋਸ਼ਿਸ਼ ਕੀਤੀ। ਬਾਅਦ ਦੇ ਵਿੱਚ ਜਦੋਂ ਮੈਂ ਉਹ ਚਸਕਾ ਦੇਖ ਕੇ ਲੱਗ ਗਈ, ਫਿਰ ਉਹਨੇ ਮੰਗ ਕਰਨੀ ਸ਼ੁਰੂ ਕਰ ਦਿੱਤੀ ਕਿ ਤੂੰ ਹੋਰ ਕੁੜੀਆਂ ਲੈ ਕੇ ਆ। ਔਰ ਉਹ ਬੰਦਾ ਕਹਿੰਦਾ ਸੀਗਾ ਕਿ ਮੇਰੇ ਕੋਲ ਫੜਿਆ ਸਮਾਨ ਹੈਗਾ 250-300 ਗ੍ਰਾਮ, ਮੈਂ ਵੇਚਣਾ, ਸੋ ਜੇ ਤੂੰ ਵਿਕਾਏਗੀ ਤੇ ਨਾਲ ਤੇਰਾ ਕੰਮ ਹੈ ਜਿਹੜਾ ਸਰਦਾ ਰਹੂਗਾ। ਤੇ ਉਹ ਕਹਿੰਦੀ ਫਿਰ ਇੱਕ ਮੈਂ ਲੜਕੀ ਨੂੰ ਹੋਰ ਨੂੰ ਲੈ ਕੇ ਗਈ ਨਾਲ, ਤਾਂ ਉਹ ਤੋਂ ਬਾਅਦ 2-3 ਸਾਲ ਇਹ ਸਿਲਸਿਲਾ ਇਸੇ ਤਰ੍ਹਾਂ ਚੱਲਿਆ, ਜਾਣੀ ਮੇਰਾ ਬੇੜਾ ਗਰਕ ਕਰ ਦਿੱਤਾ ਪੁਲਿਸ ਦੇ ਇੱਕ DSP ਨੇ। ਤਾਂ ਜਦੋਂ ਇਹ ਕਹਾਣੀ ਉਹ ਕੁੜੀ ਸੁਣਾ ਰਹੀ ਸੀਗੀ ਤਾਂ ਮੇਰੇ ਖਿਆਲ ਦੇ ਨਾਲ ਜਿੰਨੀਆਂ ਵੀ ਉੱਥੇ ਰੂਹਾਂ ਉਸ ਇੰਟਰਵਿਊ ਦੇ ਨਾਲ ਜੁੜੀਆਂ ਹੋਣਗੀਆਂ ਸਾਰਿਆਂ ਨੇ ਕੁਰਲਾਪ ਕੀਤਾ ਹੋਣਾ ਕਿ ਚੱਲਦਾ ਕੀ ਪਿਆ, ਕਿ ਜਿਹੜੇ ਲੋਕਾਂ ਨੇ ਇੱਥੇ ਨਸ਼ੇ ਦੇ ਵਿਰੁੱਧ ਕਾਰਵਾਈ ਕਰਨੀ ਆ, ਜਿਹੜੇ ਲੋਕਾਂ ਨੇ ਇੱਥੇ ਲੋਕਾਂ ਨੂੰ ਨਸ਼ੇ ਤੋਂ ਬਚਾਉਣਾ, ਉਹ ਆਪ ਹੀ ਡੋਬੀ ਜਾਂਦੇ ਆ। ਸੋ ਇਹ ਕੱਲ ਵੀ ਥੋੜੇ ਰੂਪ ਦੇ ਵਿੱਚ ਖਬਰ ਸਾਹਮਣੇ ਆਈ ਸੀਗੀ, ਦੋ ਕੁੜੀਆਂ ਉੱਥੇ ਬੋਲੀਆਂ ਸਨ ਜਦੋਂ ਇਹਨਾਂ ਨੇ ਕਪੂਰਥਲੇ ਦੇ ਵਿੱਚ ਨਸ਼ਾ ਛਡਾਊ ਕੇਂਦਰ ਦਾ ਉਦਘਾਟਨ ਕੀਤਾ। ਔਰ ਨਸ਼ਾ ਛਡਾਊ ਕੇਂਦਰ ਕਿਹਦਾ? ਬੀਬੀਆਂ ਦਾ। ਪਰ ਅੱਜ ਜਦੋਂ ਇਹ ਪ੍ਰੈਸ ਕਾਨਫਰੰਸ ਕੀਤੀ ਗਈ, ਕੁੜੀ ਨੇ ਉਹ ਸਾਰੀ ਕਹਾਣੀ ਦੱਸੀ। ਉਹਨੇ ਦੱਸਿਆ ਕਿ ਕਿੱਦਾਂ ਮੈਂ 4-5 ਸਾਲ ਲੁੜਕਦੀ ਰਹੀ, ਫਿਰ ਇੱਕ ਮੁੰਡੇ ਦੇ ਨਾਲ ਮੈਂ ਮੀਆਂ ਬੀਬੀ ਦੇ ਤੌਰ ਤੇ ਰਹਿਣ ਲੱਗ ਪਈ। ਉਹ ਮੁੰਡਾ ਵੀ ਚਿੱਟਾ ਪੀਂਦਾ ਸੀ, ਅਸੀਂ ਦੋਵੇਂ ਚਿੱਟਾ ਪੀਂਦੇ ਸਾਂ। ਹੋਇਆ ਕੀ ਕਿ ਇੱਕ ਦਿਨ ਨਸ਼ੇ ਦੀ ਤੋਟ ਲੱਗੀ ਤੇ ਉਹ ਸਲਫਾਸ ਖਾ ਗਿਆ, ਉਹ ਮੁੰਡਾ ਵੀ ਮਰ ਗਿਆ। ਬਾਅਦ ਦੇ ਵਿੱਚ ਫਿਰ ਮੇਰੇ ਮਾਪਿਆਂ ਨੇ ਸਿਮਰਨਜੀਤ ਬੈਂਸ ਕੋਲ ਗੁਜ਼ਾਰਿਸ਼ ਕੀਤੀ ਕਿ ਇਸ ਕੁੜੀ ਨੂੰ ਕਿਤੇ ਨਾ ਕਿਤੇ ਇਹਦੀ ਜ਼ਿੰਦਗੀ ਜਿਹੜੀ ਦਾਅ ਤੇ ਲੱਗੀ ਹੋਈ ਉਹ ਬਚਾਓ। ਤਾਂ ਫਿਰ ਸਿਮਰਨਜੀਤ ਬੈਂਸ ਨੇ ਕਹਿੰਦੇ ਕਿ ਮੈਨੂੰ ਸਰਕਾਰੀ ਹਸਪਤਾਲ ਚ ਭੇਜਿਆ ਜਿੱਥੋਂ ਕਪੂਰਥਲੇ ਕਰ ਦਿੱਤਾ ਗਿਆ। ਸੋ ਇਹ ਉਦਘਾਟਨ ਜਦੋਂ ਕੀਤਾ ਜਾ ਰਿਹਾ ਸੀਗਾ ਤਾਂ ਇਸ ਕੁੜੀ ਨੂੰ ਸਪੈਸ਼ਲੀ ਉੱਥੇ ਸੱਦਿਆ ਗਿਆ ਸੀਗਾ। ਪਰ ਜਦੋਂ ਇਹ ਕੁੜੀ ਇੰਟਰਵਿਊ ਦੇ ਰਹੀ ਸੀਗੀ ਇਸ ਸਮੇਂ ਆਪਣਾ ਸਾਰਾ ਦੁੱਖ ਦਰਦ ਦੱਸਦੀ ਪਈ ਸੀਗੀ, ਇਹਨੇ DSP ਦਾ ਨੰਬਰ ਵੀ ਦੱਸ ਦਿੱਤਾ ਕਿ ਇਸ ਨੰਬਰ ਤੇ ਮੈਂ ਰੋਜ਼ਾਨਾ ਇਹਨੂੰ ਕਾਲ ਕਰਦੀ ਰਹੀ ਹਾਂ ਇੰਨਾ ਚਿਰ। ਪਰ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਤੁਹਾਡਾ ਨੰਬਰ ਕਿੰਨਾ ਸੀ, ਕੁੜੀ ਆਪਣਾ ਨੰਬਰ ਨਹੀਂ ਦੱਸ ਸਕੀ। ਕੁੜੀ ਕਹਿੰਦੀ ਕਿ ਮੈਨੂੰ ਆਪਣਾ ਨੰਬਰ ਯਾਦ ਨਹੀਂ ਹੈ। ਖੈਰ ਇੱਥੋਂ ਥੋੜਾ ਜਿਹਾ ਸ਼ੱਕ ਜਿਹਾ ਪੈਦਾ ਹੋਇਆ, ਪਰ ਜੋ ਕੁੜੀ ਨੇ ਦੱਸਿਆ ਜੇ ਉਹ ਸੱਚ ਆ ਤੇ ਵਾਕਈ ਬਹੁਤ ਜ਼ਿਆਦਾ ਤਲਖ ਹਕੀਕਤ ਆ। ਦੂਜੇ ਪਾਸੇ ਆ ਹੁਣ ਸ਼ਾਮੀ ਜੀ ਇੱਕ ਖਬਰ ਆਈ ਆ, ਕਹਿੰਦੇ ਹਾਲਾਂਕਿ ਮੈਂ ਅਧਿਕਾਰਤ ਤੌਰ ਤੇ ਪੁਸ਼ਟੀ ਕਰਨ ਤੋਂ ਅਸਮਰੱਥ ਆ, ਪਰ ਮੇਰੇ ਕੁਛ ਪੱਤਰਕਾਰ ਸਾਥੀਆਂ ਨੇ ਜ਼ਰੂਰ ਦੱਸਿਆ ਕਿ ਉਹ ਜਿਹੜੇ ਬੰਦੇ ਜਿਨ੍ਹਾਂ ਦਾ ਨਾਂ ਲਿਆ, ਕਿਉਂਕਿ ਦੋ ਕੁੜੀਆਂ ਕੱਲ ਬੋਲੀਆਂ ਸਨ, ਇੱਕ ਨੇ SHO ਦਾ ਨਾਂ ਲਿਆ ਸੀਗਾ, ਇੱਕ ਨੇ DSP ਦਾ, ਤਾਂ ਇਹ ਜਿਹੜੇ ਅਫਸਰ ਸ਼ੱਕ ਦੇ ਦਾਇਰੇ ਚ ਆਏ ਜਾਂ ਸਵਾਲਾਂ ਦੇ ਦਾਇਰੇ ਚ ਆਏ, ਇਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਦੇਰ ਸ਼ਾਮੀ ਸਸਪੈਂਡ ਕਰ ਦਿੱਤਾ। ਸੋ ਇਹਨਾਂ ਨੂੰ ਦੱਸਦੇ ਆ ਕਿ ਨੌਕਰੀ ਤੋਂ ਮੁਅੱਤਲ ਕਰ ਦਿੱਤਾ, ਕਰ ਵੀ ਦੇਣਾ ਚਾਹੀਦਾ ਸੀ ਕਿਉਂਕਿ ਦੋਸ਼ ਆ ਜਿਹੜੇ ਬੜੇ ਗੰਭੀਰ ਆ। ਪਰ ਇਹ ਇਕੱਲੀ ਮੁਅੱਤਲੀ ਤੱਕ ਗੱਲ ਸੀਮਤ ਨਹੀਂ ਰਹਿਣੀ ਚਾਹੀਦੀ, ਜਾਂਚ ਪੜਤਾਲ ਹੋਣੀ ਚਾਹੀਦੀ ਆ। ਜੇ ਕੁੜੀਆਂ ਝੂਠ ਬੋਲਦੀਆਂ ਨੇ ਤੇ ਕਿਉਂ ਬੋਲਦੀਆਂ, ਸਾਫ਼ ਹੋਣਾ ਚਾਹੀਦਾ। ਜੇ ਕੁੜੀਆਂ ਸੱਚ ਬੋਲਦੀਆਂ ਤੇ ਫਿਰ ਇਕੱਲਾ ਉਹਨਾਂ ਨੂੰ 4-5 ਦਿਨ ਦਾ ਜਾਂ 4-5 ਹਫ਼ਤਿਆਂ ਦਾ ਜਾਂ 4-5 ਮਹੀਨਿਆਂ ਦਾ ਮੁਅੱਤਲੀ ਦਾ ਸੰਨਿਆਸ ਕਿਉਂ ਦੇਣਾ? ਫਿਰ ਉਹਨਾਂ ਨੂੰ ਪੱਕਾ ਸੰਨਿਆਸ ਦੇਣਾ ਚਾਹੀਦਾ, ਕਿਉਂਕਿ ਇਹੋ ਜਿਹੇ ਬੰਦੇ ਨੌਕਰੀ ਤੇ ਬਿਠਾ ਕੇ ਕੀ ਕਰਨੇ ਆ। ਔਰ ਇਹਨਾਂ ਤੇ ਵਿਭਾਗੀ ਕਾਰਵਾਈ ਦੀ ਥਾਂ ਤੇ ਇਹਨਾਂ ਤੇ ਮੁਕੱਦਮੇ ਵਾਲੀ ਕਾਰਵਾਈ ਵੀ ਹੋਣੀ ਚਾਹੀਦੀ ਆ। ਸੋ ਜ਼ਰੂਰਤ ਇਸ ਗੱਲ ਦੀ ਆ ਕਿ ਪੂਰੀ ਸੰਜੀਦਗੀ ਦੇ ਨਾਲ ਕੈਪਟਨ ਸਾਹਿਬ ਦੀ ਜਾਂਚ ਪੜਤਾਲ ਕਰਵਾਉਣ, ਪਰ ਜਦੋਂ ਪੁਲਿਸ ਦਾ ਮਾਮਲਾ ਆਉਂਦਾ ਕੈਪਟਨ ਅਮਰਿੰਦਰ ਸਿੰਘ ਹੈ ਜਿਹੜਾ ਉਹ ਆਪਣਾ ਖੂੰਡਾ ਖੂੰਜੇ ਚ ਰੱਖਦਾ ਨਜ਼ਰ ਆਉਂਦਾ। ਤੋ ਐਤਕੀ ਉਮੀਦ ਕਰਦੇ ਆ ਪਿਛਲੀ ਵਾਰੀ ਵਾਲੀ ਕਹਾਣੀ ਨਹੀਂ ਦੁਹਰਾਈ ਜਾਊਗੀ, ਪਰ ਠੀਕ ਹੈ ਸਸਪੈਂਸ਼ਨ ਹੈ ਜਿਹੜੀ ਉਹ ਆਪਣੀ ਥਾਂ ਤੇ
ਇਹਨਾਂ ਨੇ ਮੁੱਢਲੇ ਤੌਰ ਤੇ ਕਰ ਦਿੱਤੀ ਆ, ਪਰ ਜ਼ਰੂਰਤ ਇਸ ਗੱਲ ਦੀ ਆ ਕਿ ਜਾਂਚ ਪੜਤਾਲ ਹੋਵੇ ਕੀ ਪੁਲਿਸ ਅਫਸਰ ਇਸ ਤਰ੍ਹਾਂ ਦੇ ਕੰਮ ਕਰਦੇ ਆ। ਜੇ ਪੁਲਿਸ ਅਫਸਰ ਇਸ ਤਰ੍ਹਾਂ ਦਾ ਕੰਮ ਕਰਦੇ ਆ ਤਾਂ ਇਹਦਾ ਮਤਲਬ ਹੈ ਫਿਰ ਇੱਕਾ ਦੁੱਕਾ ਨਹੀਂ ਹੋਣਗੇ, ਫਿਰ ਉਹਨਾਂ ਦੀ ਗਿਣਤੀ ਆ ਜਿਹੜੀ ਉਹ ਅੱਛੀ ਖਾਸੀ ਹੋਏਗੀ, ਤੇ ਜਦੋਂ ਤੱਕ ਇਹ ਗਿਣਤੀ ਮੌਜੂਦ ਆ ਉਦੋਂ ਤੱਕ ਲਾਸ਼ਾਂ ਵਾਲੀ ਗਿਣਤੀ ਜਿਹੜੀ ਉਹ ਜਾਰੀ ਰਹੂਗੀ ਜੋ ਇੱਥੇ ਪੰਜਾਬੀ ਮੁੰਡਿਆਂ ਕੁੜੀਆਂ ਦੀਆਂ ਡਿੱਗਦੀਆਂ ਪਈਆਂ। ਜੀ 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 ਅਗਲੀ ਜਿਹੜੀ ਆਪਾਂ ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰਦੇ, ਪੰਜਾਬ ਸਰਕਾਰ 10ਵੀਂ ਤੱਕ ਫੇਲ ਨਾ ਕਰਨ ਦੀ ਨੀਤੀ ਦਾ ਕੇਂਦਰ ਕੋਲ ਕਰੇਗੀ ਵਿਰੋਧ, ਇਹ ਹੁਣ 8ਵੀਂ ਤੋਂ ਵਧਾ ਕੇ 10ਵੀਂ ਤੱਕ ਕਰਤਾ। ਦੇਖੋ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਿਹੜਾ ਵਿਰੋਧ ਕਰਨ ਦਾ ਮਨ ਬਣਾਇਆ ਇਹਦੇ ਵਿੱਚ, ਦੇਖੋ ਰਾਜਕਰਮਵੀਰ ਸਿੰਘ ਜੀ ਮੈਂ ਸਮਝਦਾ ਕਿ ਬਹੁਤ ਦੇਰ ਨਾਲ ਚੁੱਕਿਆ ਗਿਆ ਸਹੀ ਕਦਮ ਆ, ਜੇਕਰ ਇਹ ਉੱਥੇ ਜਾ ਕੇ ਦਬਾਅ ਬਣਾਉਣ ਦੇ ਵਿੱਚ ਕਾਮਯਾਬ ਹੁੰਦੇ ਆ ਕਿ ਸਾਨੂੰ ਇਹ ਪਾਲਿਸੀ ਨਹੀਂ ਚਾਹੀਦੀ, ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਜਦੋਂ ਦਾ ਇਹ ਸਾਰਾ ਸਿਸਟਮ ਇਹਨਾਂ ਨੇ ਲਾਗੂ ਕੀਤਾ ਉਸ ਸਿਸਟਮ ਨੇ ਪੜ੍ਹਾਈ ਲਿਖਾਈ ਵਾਲਾ ਸਿਸਟਮ ਹੈ ਜਿਹੜਾ ਉਹ ਹਿਲਾ ਕੇ ਰੱਖ ਦਿੱਤਾ। ਹੁਣ ਮਾਮਲਾ ਕੀ ਆ, ਮਾਮਲਾ ਇਹ ਆ ਕਿ ਫੇਲ ਬੱਚੇ ਕੀਤੇ ਨਹੀਂ ਜਾਂਦੇ, ਮੁਕਾਬਲੇਬਾਜ਼ੀ ਦੇ ਵਿੱਚ ਜਦੋਂ ਬੱਚਿਆਂ ਨੂੰ ਉਤਰਨਾ ਪੈਂਦਾ ਉਦੋਂ ਉਹਨਾਂ ਦਾ ਬੇੜਾ ਗਰਕ ਹੋਇਆ ਹੁੰਦਾ। ਤੁਹਾਨੂੰ ਯਾਦ ਹੋਣਾ ਪਿੱਛੇ ਜੇ ਇੱਕ ਬੱਚੇ ਨੇ ਆਂਸਰ ਸ਼ੀਟ ਤੇ ਆਂਸਰ ਲਿਖਣ ਦੀ ਥਾਂ ਤੇ ਇੱਕ ਚਿੱਠੀ ਲਿਖੀ ਸੀ, ਚਿੱਠੀ ਵੀ ਕਹਿ ਲਈਏ ਉਹ ਜਿਵੇਂ ਕਹਿੰਦੇ ਹੁੰਦੇ ਨਾ ਜੱਗ ਬੀਤੀ ਤੇ ਹੱਡ ਬੀਤੀ, ਉਹਨੇ ਆਪਣੀ ਹੱਡ ਬੀਤੀ ਲਿਖੀ ਸੀ। ਹੱਡ ਬੀਤੀ ਕੀ ਸੀਗੀ, ਉਹ ਕਹਿੰਦਾ ਕਿ 8ਵੀਂ ਤੱਕ ਤੁਸੀਂ ਸਾਨੂੰ ਫੇਲ ਨਹੀਂ ਕੀਤਾ, 8ਵੀਂ ਤੱਕ ਆਪਾਂ ਆਏ ਬਿਲਕੁਲ ਤੱਕਾ ਸਟਾਰਟ, ਇਹਨੇ ਪੁੱਛਿਆ ਨੀ, ਕਿਸੇ ਨੇ ਦੱਸਿਆ ਨੀ, ਹੁਣ ਤੁਸੀਂ ਯਕਦਮ ਮੈਥੋਂ ਅੰਗਰੇਜ਼ੀ ਦੇ ਸਵਾਲ ਪੁੱਛਦੇ ਹੋ ਤੇ ਅੰਗਰੇਜ਼ੀ ਮੈਨੂੰ ਸਾਲ ਚ ਕਿਹਨੇ ਸਿਖਾਤੀ, ਦੱਸੋ ਖਜ਼ਰਾ। ਤੇ ਕਹਿੰਦਾ ਕਿ ਜਿੱਦਾਂ ਅੱਗੇ ਧੱਕ ਧਕਾ ਕੇ ਤੁਸੀਂ ਇੱਥੋਂ ਤੱਕ ਲੈ ਆਏ ਹੋ ਵੀਰ ਬਣ ਕੇ, ਹੁਣ ਇੱਕ ਅੱਧਾ ਧੱਕਾ ਹੋਰ ਮਾਰ ਦਿਓ ਤੇ ਆਪਾਂ ਫਿਰ ਧੱਕਾ ਸਟਾਰਟ ਹੋ ਕੇ ਲਈਦੇ ਨੀ ਗਾਹ ਨਿਕਲ ਜਾਵਾਂਗੇ। ਸੋ ਉਹਦੀ ਜਿਹੜੀ ਉਹ ਚਿੱਠੀ ਸੀਗੀ ਉਹ ਆਪਣੇ ਆਪ ਦੇ ਵਿੱਚ ਇਸ ਸਿਸਟਮ ਦੇ ਮੂੰਹ ਤੇ ਇੱਕ ਚਪੇੜ ਸੀਗੀ, ਕਿਉਂਕਿ ਬੱਚਿਆਂ ਦਾ ਕੀ ਹਾਲ ਆ। ਦੇਖੋ ਅੱਜ ਦਾ ਜਿਵੇਂ ਜ਼ਮਾਨਾ, ਹੁਣ ਜਿਵੇਂ ਝੋਨੇ ਲੱਗਦੇ ਪਏ ਆ, ਤਾਂ ਜਦੋਂ ਬੱਚੇ ਦਾ ਕੋਈ ਫੇਲ ਹੋਣ ਦਾ ਡਰ ਹੀ ਨਹੀਂ, ਬੱਚੇ ਨੇ ਤੇ ਪੜ੍ਹਾਈ ਪ੍ਰਤੀ ਅਵੇਸਲਾਪਣ ਰੱਖਣਾ ਹੀ ਰੱਖਣਾ। ਜਿਹੜੇ ਮਾਪੇ ਆ ਉਹ ਵੀ ਕਹਿੰਦੇ ਆ ਕਿ ਛੱਡ ਪੁੱਤਰਾ ਮਜ਼ਦੂਰ ਲੱਗੇ ਝੋਨਾ ਲਾਉਣਾ ਤੇ ਤੂੰ ਚਾਹ ਚੂ ਫੜਾਇਆ ਕਰ, ਜਦੋਂ ਤੈਨੂੰ ਫੇਲ ਕਰਨਾ ਨੀ ਉੱਥੇ ਕੀ ਡਰ ਆ। ਕਿਉਂਕਿ ਅੱਗੇ ਹਾਜ਼ਰੀਆਂ ਘੱਟ ਜਾਣ ਦਾ ਵੀ ਡਰ ਹੁੰਦਾ ਸੀ, ਫੇਲ ਹੋਣ ਦਾ ਵੀ ਡਰ ਹੁੰਦਾ ਸੀ, ਹੁਣ ਇਹ ਦੋਵੇਂ ਡਰ ਮੁੱਕ ਗਏ। ਤਾਂ ਦੂਜੇ ਪਾਸੇ ਜੇ ਆਪਾਂ ਦੇਖੀਏ ਜਿਹੜੇ ਮਜ਼ਦੂਰਾਂ ਦੇ ਬੱਚੇ ਆ, ਮਜ਼ਦੂਰਾਂ ਦੇ ਬੱਚੇ ਉੱਥੇ ਰਜਿਸਟਰਾਂ ਦੇ ਵਿੱਚ ਹੀ ਹਾਜ਼ਰ ਹੁੰਦੇ ਆ ਜਾਂ ਉਹਨਾਂ ਦੇ ਨਾਂ ਜਿਹੜੇ ਉਹ ਦਾਖਲ ਕਰ ਲਏ ਜਾਂਦੇ ਆ, ਜਦਕਿ ਮਜ਼ਦੂਰ ਨੂੰ ਮੰਨ ਲਓ ਇੱਕ ਲਾਲਚ ਹੁੰਦਾ, ਮਜ਼ਦੂਰ ਨੂੰ ਵੀ ਇਹ ਆ ਕਿ ਭੱਠੇ ਤੇ ਜੇ ਇੱਟਾਂ ਤੱਪਣੀਆਂ ਤੇ ਕੋਲੋਂ ਬੱਚਾ ਜਿਹੜਾ ਉਹ 4 ਇੱਟਾਂ ਵੱਧ ਬਣਵਾ ਦੂਗਾ ਤਾਂ ਉਹਦੇ ਨਾਲ ਵੀ ਪੜ੍ਹਾਈ ਦਾ ਨੁਕਸਾਨ ਹੁੰਦਾ। ਸੋ ਸਾਰੇ ਪਾਸੇ ਇਸ ਪਾਲਿਸੀ ਨੇ ਨੁਕਸਾਨ ਕੀਤਾ, ਪਰ ਇਹ ਕਹਿੰਦੇ ਆ। ਹੁਣ ਦੇਖੋ ਜਿਹੜਾ ਇਹਨਾਂ ਦਾ ਪ੍ਰੈਸ ਨੋਟ ਆ ਉਹ 10ਵੀਂ ਤੱਕ ਹੀ ਆ, ਪਰ ਵੈਸੇ ਤੁਸੀਂ ਉਹ ਠੀਕ ਪਕੜਿਆ, ਉਹ ਜਿਵੇਂ ਉਹ ਡਾਇਲੋਗ ਆ ਕਿ ਆਪ ਸਹੀ ਪਕੜੇ ਹੋ, ਤਾਂ ਇਹ 8ਵੀਂ ਫੇਲ ਤੱਕ ਦੀ ਨੀਤੀ ਹੈ, ਪਰ ਇਹਨਾਂ ਦਾ ਜਿਹੜਾ ਪ੍ਰੈਸ ਨੋਟ ਆ ਉਹ 10ਵੀਂ ਤੱਕ ਵਾਲਾ। ਪਰ ਜੋ ਮਰਜ਼ੀ ਆ, ਇਹਨਾਂ ਨੇ ਹੁਣ ਇਹ ਫੈਸਲਾ ਕੀਤਾ ਕਿ ਕੇਂਦਰ ਤੱਕ ਪਹੁੰਚ ਕਰਕੇ ਅਸੀਂ ਇਹ ਸਾਰਾ ਕੁਛ ਠੀਕ ਕਰਵਾਉਣ ਦਾ ਯਤਨ ਕਰਵਾਵਾਂਗੇ। ਪਰ ਇਹ ਵੀ ਇੱਕ ਤਰ੍ਹਾਂ ਨਾਲ ਕਹਿ ਲਈਏ ਨਾ ਕਿ ਜਿੱਦਾਂ ਅਕਾਲੀਆਂ ਦੇ ਨਾਲ ਕ੍ਰੈਡਿਟ ਵਾਰ ਚੱਲਦੀ ਹੈ ਇਹਨਾਂ ਦੀ, ਉਹ ਕ੍ਰੈਡਿਟ ਵਾਰ ਦਾ ਹੀ ਹਿੱਸਾ, ਕਿਉਂਕਿ HRD ਮਿਨਿਸਟਰੀ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਕਿ ਅਗਲੇ ਸੈਸ਼ਨ ਤੋਂ ਇਹ ਪਾਲਿਸੀ ਜਿਹੜੀ ਆ ਉਹ ਅਸੀਂ ਖਤਮ ਕਰ ਦੇਣੀ ਆ, ਤਾਂ ਉਹਨਾਂ ਨੇ ਪਹਿਲਾਂ ਹੀ ਐਲਾਨ ਕੀਤਾ ਹੋਇਆ। ਕੈਪਟਨ ਸਾਹਿਬ ਨੂੰ ਚੇਤਾ ਆ ਜਾਂਦਾ ਕਈ ਵਾਰ ਕਿ ਮੁੜ ਕੇ ਅਸੀਂ ਕ੍ਰੈਡਿਟ ਵੀ ਲੈਣਾ ਕਿਸੇ ਬਹਾਨੇ ਨਾਲ, ਤਾਂ ਫਿਰ ਉਹ ਕੱਦੂ ਚ ਤੀਰ ਮਾਰ ਦਿੰਦੇ ਇਸ ਤਰ੍ਹਾਂ। ਠੀਕ ਆ, ਪ੍ਰੈਸ਼ਰ ਬਣਾਉਣਾ ਚਾਹੀਦਾ, ਪਰ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਜੇ ਪਾਲਿਸੀ ਫੇਲ ਪਾਲਿਸੀ ਮੰਨਦੇ ਆ ਤਾਂ ਇਹਦੇ ਵਿੱਚ ਇਹਨਾਂ ਨੂੰ ਇਹ ਵੀ ਮੰਨਣਾ ਪਊਗਾ ਕਿ ਇਹਨਾਂ ਦੀ ਸਰਕਾਰ ਦੀ ਹੀ ਕਾਢ ਸੀਗੀ, ਕਿਉਂਕਿ ਜਦੋਂ ਇਹ ਪਾਲਿਸੀ ਇੰਪਲੀਮੈਂਟ ਹੋਈ ਆ, ਲਾਗੂ ਹੋਈ ਆ, ਉਸ ਸਮੇਂ ਮਨਮੋਹਨ ਸਿੰਘ ਸਰਕਾਰ ਸੀ ਕੇਂਦਰ ਦੇ ਵਿੱਚ, ਤਾਂ ਇਹਦਾ ਮਤਲਬ ਆ ਕਿ ਇਹ ਜੇ ਅਸਫਲ ਗਿਣਦੇ ਆ ਇਸ ਪਾਲਿਸੀ ਨੂੰ ਤਾਂ ਇਹ ਵੀ ਅਸਫਲਤਾ ਜਿਹੜੀ ਮਨਮੋਹਨ ਸਿੰਘ ਸਰਕਾਰ ਦੇ ਖਾਤੇ 'ਚ ਦਰਜ ਹੋਊਗੀ। ਰਹੀ ਗੱਲ ਹੁਣ ਇਹ ਨੁਕਸਾਨ ਦੀ ਫਾਇਦੇ ਦੀ, ਤਾਂ ਫਾਇਦਾ ਹੀ ਫਾਇਦਾ ਜੇ ਇਹੋ ਜਿਹੀ ਚੀਜ਼ ਨੂੰ ਅੱਗੇ ਤੋਂ ਹਟਾ ਲਿਆ ਜਾਂਦਾ, ਕਿਉਂਕਿ ਜਦੋਂ ਤੱਕ ਮੁਕਾਬਲੇਬਾਜ਼ੀ ਨਹੀਂ ਉਦੋਂ ਤੱਕ ਬੱਚਾ ਪੜ੍ਹਾਈ ਦੇ ਵਿੱਚ ਲਗਨ ਨਹੀਂ ਲਾਉਂਦਾ, ਤਾਂ ਜਦੋਂ ਮੁਕਾਬਲੇਬਾਜ਼ੀ ਸ਼ੁਰੂ ਹੁੰਦੀ ਆ ਉਦੋਂ ਤੱਕ ਉਹਦੀ ਲਗਨ ਲੱਗੀ ਵੀ ਆ ਜਿਹੜੀ ਬੇਕਾਰ ਹੋ ਜਾਂਦੀ ਆ। ਸੋ ਜ਼ਰੂਰਤ ਤੇ ਇਸ ਗੱਲ ਦੀ ਆ ਕਿ ਇਹਨੂੰ ਜਲਦੀ ਤੋਂ ਜਲਦੀ ਖਤਮ ਕੀਤਾ ਜਾਵੇ, ਪਰ ਰੌਲਾ ਇਹ ਆ ਕਿ 2008 ਤੋਂ ਲੈ ਕੇ 2018 ਤੱਕ ਜਿੰਨਾ ਬੇੜਾ ਇਹ ਪਾਲਿਸੀ ਵਹ ਗਈ ਆ ਉਹਦੇ ਲਈ ਕੌਣ ਜ਼ਿੰਮੇਵਾਰ ਹੈ, ਤੇ ਜਿਨ੍ਹਾਂ ਦਾ ਬੇੜਾ ਗਰਕ ਹੋਇਆ ਉਹਨਾਂ ਦੀ ਭਰਪਾਈ ਕਿੱਦਾਂ ਕੀਤੀ ਜਾਊਗੀ, ਇਸ ਸਵਾਲ ਦਾ ਜਵਾਬ ਕਿਸੇ ਕੋਲ ਹੈ ਨੀਗਾ।
ਜੀ 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 ਬਿਲਕੁਲ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਸ੍ਰੋਤੇ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ, ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਗਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ, ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੀ ਕੀ ਜੀ, ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।